ਬੱਚੇ 10ਵੀਂ ਕਲਾਸ ਤੱਕ ਜਾਂਦੇ ਆ, 10ਵੀਂ ਕਲਾਸ ਦੇ ਵਿੱਚ ਕੀ ਹੁੰਦਾ, ਉਹ ਉੱਥੋਂ ਤੱਕ ਪਟਕਾ ਬੰਨ੍ਹਦੇ ਸਿਰ 'ਤੇ। ਉਸ ਤੋਂ ਬਾਅਦ ਪਲੱਸ ਟੂ ਦੇ ਵਿੱਚ ਜਾਂਦੇ ਆ, ਕਈ ਬੱਚੇ ਉੱਥੇ ਤੱਕ ਵੀ ਪਟਕਾ ਬੰਨ੍ਹਦੇ ਆ। ਉਸ ਤੋਂ ਬਾਅਦ ਜਦੋਂ ਕੋਈ ਡਿਗਰੀ, ਡਿਪਲੋਮਾ ਜਾਂ ਕਿਸੇ ਐਨੀ ਅਦਰ ਹੋਰ ਕਾਲਜ ਵਿੱਚ ਦਾਖਲਾ ਲੈਂਦੇ ਆ, ਉੱਥੇ ਕੀ ਹੁੰਦਾ ਜੀ, ਉੱਥੇ ਸੋਹਣੀਆਂ ਪੱਗਾਂ ਬੰਨ੍ਹੀਆਂ ਹੁੰਦੀਆਂ ਮੁੰਡਿਆਂ ਦੀ, ਜੀ, ਪਰ ਬੱਚੇ ਦੇ ਹੁਣ ਤੱਕ ਪਟਕਾ ਬੰਨ੍ਹਿਆ ਹੁੰਦਾ। ਉੱਥੇ ਕੀ ਹੁੰਦਾ ਜੀ, ਬੱਚੇ ਨਾ ਚਾਹੁੰਦੇ ਹੋਏ ਵੀ ਕੇਸ ਕਟਾਉਂਦੇ ਨੇ, ਕਿਉਂਕਿ ਉਹਨਾਂ ਤੋਂ ਸੋਹਣੀ ਦਸਤਾਰ ਬੰਨ੍ਹਣੀ ਨਹੀਂ ਆਉਂਦੀ, ਜੀ, ਮਾੜੀ ਉਹ ਬੰਨ੍ਹ ਕੇ ਨਹੀਂ ਜਾਣੀ ਚਾਹੁੰਦੇ, ਇਸ ਕਰਕੇ ਉਹ ਕੇਸ ਕਟਾਉਂਦੇ ਨੇ। ਓਕੇ, ਸੋਹਣੀ ਸਜਾਉਣੀ ਨਹੀਂ ਆਉਂਦੀ, ਮਾੜੀ ਮਾੜੀ ਬੰਨ੍ਹ ਕੇ ਜਾਣਾ ਨਹੀਂ ਚਾਹੁੰਦੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ, ਹਰ ਉਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਕੁਝ ਵੱਖਰਤਾ ਦੇ ਨਾਲ ਚੱਲ ਕੇ ਸਮਾਜ ਦੇ ਅੰਦਰ ਕੁਛ ਵੱਖਰੇਵਾਂ ਲਿਆ ਕੇ ਕੰਮ ਕੀਤਾ ਹੁੰਦਾ ਅਤੇ ਕੋਸ਼ਿਸ਼ ਕਰਦੇ ਹਾਂ ਕਿ ਉਹ ਸ਼ਖਸੀਅਤ ਅਸੀਂ ਤੁਹਾਡੇ ਰੂਬਰੂ ਕਰੀਏ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹਨ ਸੋਹਣੀ ਦਸਤਾਰ ਸਜਾਉਣ ਵਾਲੇ ਸਾਡੇ ਵੀਰ ਗੁਰਜੀਤ ਸਿੰਘ ਭੀਖੀ। ਆਓ ਤੇ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਦਸਤਾਰ ਦੇ ਬਾਰੇ, ਉਹਨਾਂ ਦੇ ਚੱਲਦੇ ਹੋਏ ਕੈਂਪ ਦੇ ਬਾਰੇ, ਆ ਰਹੀਆਂ ਸਮੱਸਿਆਵਾਂ ਦੇ ਬਾਰੇ। ਖੁੱਲ੍ਹ ਕੇ ਸਾਡੇ ਨਾਲ ਚਾਨਣਾ ਪਾਉਣ ਦੇ ਲਈ ਅੱਜ ਸਟੂਡੀਓ ਦੇ ਵਿੱਚ ਆਏ ਹਨ ਸਰਦਾਰ ਗੁਰਜੀਤ ਸਿੰਘ ਭੀਖੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦੇ ਹਾਂ, ਜਿਵੇਂ ਅੱਜ ਤੁਹਾਡੀ ਦਸਤਾਰ ਅਸੀਂ ਦੇਖ ਰਹੇ ਹਾਂ। ਹਾਂਜੀ, ਇੱਕ ਇੱਕ ਲੜ ਦਾ ਬੜਾ ਧਿਆਨ ਰੱਖਿਆ ਹੋਇਆ ਹੈ, ਔਰ ਇਹ ਨਹੀਂ ਵੀ ਇੱਕ ਜ਼ਿਆਦਾ ਚੌੜਾਈ ਵਿੱਚ ਹੈ, ਇੱਕ ਜ਼ਿਆਦਾ ਉਚਾਈ ਵਿੱਚ ਚਲਾ ਗਿਆ, ਬਿਲਕੁਲ ਇੱਕੋ ਜਿਹੀ ਤਰਤੀਬ ਦਿੱਤੀ ਹੈ। ਅਸੀਂ ਜਾਣਕਾਰੀ ਦਸਤਾਰ ਬਾਰੇ ਵੀ ਲਵਾਂਗੇ, ਪਰ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਦਸਤਾਰ ਦੇ ਨਾਲ ਕਦੋਂ ਤੋਂ ਜੁੜੇ ਹੋ? ਇਹ ਤੁਹਾਡਾ ਜਿਹੜਾ ਇਸ਼ਕ ਹੈ ਦਸਤਾਰ ਦੇ ਨਾਲ, ਦਸਤਾਰ ਹੋਰ ਖੂਬਸੂਰਤ ਕਰਦੇ ਆ, ਹੈ ਨਾ, ਇਹ ਕਦੋਂ ਕੁ ਤੋਂ ਹੈ ਤੁਹਾਡਾ ਪ੍ਰੇਮ? ਵੀਰ ਹਰਪ੍ਰੀਤ ਸਿੰਘ ਜੀ, ਮੱਖੂ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਬਾਰੇ ਦੱਸਣਾ ਚਾਹੁੰਦਾ ਜੀ, ਮੈਂ ਦਸਤਾਰ ਨਾਲ ਕਿਸ ਤਰ੍ਹਾਂ ਜੁੜਿਆ। ਵੀਰ ਜੀ, ਮੇਰੇ ਨਾ ਮਾਸੀ ਜੀ ਪਟਿਆਲੇ ਤੋਂ ਹੈਗੇ, ਰਹਿੰਦੇ ਨੇ ਪਟਿਆਲੇ ਜੀ, ਅਤੇ ਮੇਰੇ ਮਾਸੜ ਜੀ ਸਰਕਾਰੀ ਬਿਲਡਿੰਗਾਂ ਦੀ ਮੇਨਟੇਨੈਂਸ ਦੇ ਰਿਪੇਅਰ ਦਾ ਠੇਕਾ ਲੈਂਦੇ ਸੀ ਜੀ। ਮੈਂ ਮਾਸੀ ਜੀ ਨੂੰ ਮਿਲਣ ਵਾਸਤੇ ਪਟਿਆਲੇ ਗਿਆ, ਅਤੇ ਉੱਥੇ ਮਾਸੜ ਜੀਆਂ ਨਾਲ ਗੱਲਬਾਤ ਹੋਈ, ਅਤੇ ਅਸੀਂ ਬਾਜ਼ਾਰ ਜਾਣਾ ਸੀ, ਉਹਨਾਂ ਨੇ ਠੇਕਾ ਲਿਆ ਸੀ ਪਟਿਆਲੇ ਜੇਲ੍ਹ ਦੇ ਵਿੱਚ ਰਿਪੇਅਰ ਕਰਨ ਦਾ ਜੀ। ਅਸੀਂ ਪਟਿਆਲੇ ਜੇਲ੍ਹ ਦੇ ਵਿੱਚ ਗਏ, ਮਾਸੜ ਜੀ ਕਹਿੰਦੇ ਚਲੋ ਆਪਾਂ ਜਾਂਦੇ ਹਾਂ, ਕੰਮ 'ਤੇ ਵੀ ਗੇੜਾ ਮਾਰੇ ਆਉਂਦੇ ਹਾਂ। ਅਸੀਂ ਗਏ ਮੇਨ ਗੇਟ 'ਤੇ, ਮੱਖੂ ਸਾਹਿਬ ਉਹਨਾਂ ਨੇ ਇੰਟਰੀ ਕੀਤੀ ਸਾਡੀ, ਲਿਖਿਆ ਮਾਸੜ ਜੀ ਨੂੰ ਨਾਮ ਪੁੱਛਿਆ ਉਹਨਾਂ ਦਾ, ਉਹਨਾਂ ਨੇ ਦੱਸਿਆ ਜੀ ਕੁਲਦੀਪ ਸਿੰਘ, ਉਸ ਤੋਂ ਬਾਅਦ ਮੇਰੀ ਵਾਰੀ ਜੀ। ਮੈਨੂੰ ਉਹਨਾਂ ਨੇ ਨਾਮ ਪੁੱਛਿਆ, ਕਹਿੰਦੇ ਜੀ ਕੀ ਨਾਮ? ਮੈਂ ਮੱਖੂ ਸਾਹਿਬ ਆਪਣਾ ਨਾਮ ਲਿਖਿਆ ਗੁਰਜੀਤ ਸਿੰਘ। ਮੈਨੂੰ ਮੱਖੂ ਸਾਹਿਬ ਉਹਨਾਂ ਨੇ ਗੇਟ ਵਾਲੇ ਨੇ ਦੇਖਿਆ, ਦੇਖ ਕੇ ਕਹਿੰਦੇ ਯਾਰ ਤੂੰ ਸਿੰਘ, ਤੂੰ ਪੰਜਾਬੀ ਆ? ਮੱਖੂ ਸਾਹਿਬ ਮੈਂ ਦੱਸਣਾ ਚਾਹੁੰਦਾ, ਮੈਨੂੰ ਉਹਨਾਂ ਨੇ ਇਸ ਲਈ ਪੁੱਛਿਆ, ਉਸ ਸਮੇਂ ਮੈਂ ਕੇਸ ਕੱਟੇ ਹੋਏ ਸੀ, ਦਾੜੀ ਬਿਲਕੁਲ ਸਾਫ਼ ਕੀਤੀ ਹੋਈ ਸੀ ਜੀ, ਅਤੇ ਉਸ ਸਮੇਂ ਮੱਖੂ ਸਾਹਿਬ ਥੋੜ੍ਹਾ ਗੁੱਸਾ ਜਿਹਾ ਮਨ ਦੇ ਵਿੱਚ ਆ ਵੀ ਇਹ ਮੈਨੂੰ ਕੀ ਸਵਾਲ ਕਰਦੇ ਨੇ, ਮੈਨੂੰ ਆਪਣੇ ਆਪ ਨੂੰ ਬੇਇੱਜ਼ਤੀ ਜੀ ਮਹਿਸੂਸ ਹੋਈ, ਪਰ ਉਹ ਉਹਨਾਂ ਨੇ ਬਿਲਕੁਲ ਜਾਇਜ਼ ਪੁੱਛਿਆ ਸੀ, ਠੀਕ ਪੁੱਛਿਆ ਸੀ ਸਵਾਲ, ਕਿਉਂਕਿ ਉਸ ਸਮੇਂ ਮੇਰੀ ਕੋਈ ਆਈਡੈਂਟੀ ਹੈ ਹੀ ਨਹੀਂ ਸੀ, ਮੇਰੀ ਕੋਈ ਪੰਜਾਬੀ ਵਾਲੀ ਕੋਈ ਹੈ ਹੀ ਨਹੀਂ ਸੀ, ਪਛਾਣ ਹੀ ਨਹੀਂ ਸੀ, ਦਸਤਾਰ ਨਹੀਂ ਸੀ, ਦਾੜੀ ਨਹੀਂ ਸੀ। ਚਲੋ ਉਹ ਹੋਇਆ ਜੀ, ਮੈਂ ਗਿਆ ਘੁੰਮ ਕੇ ਸਾਰਾ ਕੁਛ ਦੇਖ ਕੇ ਘਰ ਆ ਗਿਆ, ਪਰ ਮੇਰੇ ਮਨ ਨੂੰ ਬਹੁਤ ਇੱਕ ਗਹਿਰਾ ਸਦਮਾ ਜਿਹਾ ਲੱਗਿਆ, ਮੈਨੂੰ ਬਹੁਤ ਫੀਲ ਹੋਇਆ ਕਿ ਹਾਂ ਯਾਰ ਤੂੰ ਬਿਲਕੁਲ ਹੀ ਕਿਸੇ ਪਹਿਚਾਣ ਨਹੀਂ ਹੈ, ਬਿਲਕੁਲ ਤੇਰੀ ਜੋ ਆਈਡੈਂਟੀ ਹੈ ਨਹੀਂ। ਅਤੇ ਉਸ ਤੋਂ ਬਾਅਦ ਮੈਂ ਮੱਖੂ ਸਾਹਿਬ ਦਸਤਾਰ ਨਾਲ ਜੁੜਿਆ, ਜਿੰਨੀ ਵੀ ਜਿਸ ਤਰ੍ਹਾਂ ਵੀ ਬੰਨਣੀ ਸੀ, ਦਸਤਾਰ ਬੰਨਣੀ ਹੌਲੀ ਹੌਲੀ ਸ਼ੁਰੂ ਕੀਤੀ ਜੀ, ਦਸਤਾਰ ਬੰਨਣੀ ਸ਼ੁਰੂ ਕੀਤੀ। ਪਰ ਜਿਹੜੀ ਅੱਜ ਤੁਹਾਡੀ ਤਰਤੀਬ ਦੇਖਦੇ ਹਾਂ, ਅੱਜ ਦਸਤਾਰ ਦੀ ਸਫਾਈ ਦੇਖਦੇ ਹਾਂ, ਅਤੇ ਕਿਤੇ ਨਾ ਕਿਤੇ ਸਾਡਾ ਵੀ ਦਿਲ ਕਰਦਾ ਵੀ ਅਸੀਂ ਦਰਸ਼ਕਾਂ ਨੂੰ ਕੁਝ ਉਹ ਵੀਰ ਭੈਣਾਂ ਦੇ ਦਰਸ਼ਨ ਕਰਵਾਈਏ ਜਿਹੜੇ ਸੱਚਮੁੱਚ ਦਸਤਾਰ ਦੇ ਨਾਲ ਦਿਲੋਂ ਦਿਲੋਂ ਇਸ਼ਕ ਕਰਦੇ ਨੇ। ਅਤੇ ਅੱਜ ਜਿਹੜੀ ਤੁਹਾਡੀ ਦਸਤਾਰ ਹੈ, ਜਿਵੇਂ ਤੁਸੀਂ ਦੱਸਿਆ ਵੀ ਸ਼ੁਰੂਆਤ ਵਿੱਚ ਮੈਂ ਥੋੜ੍ਹਾ ਥੋੜ੍ਹਾ ਬੰਨ੍ਹਣੀ ਸਿੱਖੀ ਹੈ, ਸਜਾਉਣੀ ਸਿੱਖੀ ਹੈ, ਹੈ ਨਾ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤਾਂ ਵੈਸੇ ਬਹੁਤ ਲੰਬਾ ਆ, ਪਰ ਤੁਹਾਡੇ ਹੱਥ ਦੇ ਵਿੱਚ ਆ ਜਿਹੜੀ ਅੱਜ ਸਫਾਈ ਹੈ, ਇਹ ਸ਼ੁਰੂਆਤ ਵਿੱਚ ਸੀ ਜਾਂ ਕਿੰਨਾ ਕੁ ਸਮਾਂ ਲੱਗਿਆ? ਨਹੀਂ ਮੱਖੂ ਸਾਹਿਬ, ਇਹ ਸ਼ੁਰੂਆਤ ਦੇ ਵਿੱਚ ਬਿਲਕੁਲ ਨਹੀਂ ਸੀ, ਕਿਉਂਕਿ ਸਾਡਾ ਸਵਾਲ ਤਾਂ ਹੈ, ਮੈਂ ਕਾਲਜ ਦੇ ਵਿੱਚ ਇੱਕ ਦਿਨ ਇੱਕ ਇੰਟਰਵਿਊ ਕਰ ਰਿਹਾ ਸਾਂ ਜੀ, ਮੇਰੀ ਇੱਕ ਆਦਤ ਹੈ ਯੂਥ ਦੇ ਕੋਲ ਉੱਥੇ ਵੜ ਜਾਂਦਾ ਵਾਂ ਜੀ, ਜੇ ਕਿਤੇ ਮੈਨੂੰ ਲੱਗਦਾ ਵੀ ਬੱਚੇ ਬੱਸ ਸਟੈਂਡ ਦੇ ਉੱਪਰ ਬੱਸਾਂ ਵਾਲਿਆਂ ਨਾਲ ਖੜਕ ਪੈਂਦੀ ਆ, ਮੈਂ ਉੱਥੇ ਆਪਣਾ ਕੈਮਰਾ ਲੈ ਕੇ ਅੱਪੜ ਜਾਂਦਾ ਵਾਂ, ਮੇਰੀ ਇੱਕ ਆਦਤ ਹੈ, ਮੈਨੂੰ ਵੀ ਇੱਕ ਜਿਵੇਂ ਤੁਹਾਨੂੰ ਦਸਤਾਰ ਨਾਲ ਇਸ਼ਕ ਹੈ ਨਾ, ਮੈਨੂੰ ਵੀ ਆਪਣੇ ਕੰਮ ਨਾਲ ਇੱਕ ਇਸ਼ਕ ਹੈ, ਬਿਲਕੁਲ ਮੇਰੀ ਆਦਤ ਹੈ ਵੀ ਉੱਥੇ ਪਹੁੰਚ ਜਾਵਾਂ। ਠੀਕ ਹੈ, ਇੱਕ ਵਾਰੀ ਕਾਲਜ ਦੇ ਵਿੱਚ ਮੈਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦਸਤਾਰ
10 ਕੀ ਜਣੇ ਬੈਠੇ ਸੀ, ਹਾਂਜੀ 4 ਨੇ ਦਸਤਾਰ ਸਜਾਈ ਸੀ, 6 ਨੇ ਦਸਤਾਰ ਨਹੀਂ ਸੀ ਸਜਾਈ, ਠੀਕ ਹੈ, ਪਰ ਦਾਵਾ ਕਰਦੇ ਸੀ ਮੁੰਡੇ ਅਸੀਂ ਸਰਦਾਰਾਂ ਦੇ ਆ। ਮੈਂ ਕਿਹਾ ਵੀ ਜੇ ਸਰਦਾਰੀ ਕੋਲ ਨਹੀਂ ਤੇ ਮੈਨੂੰ ਹੁਣ ਕੀ ਪਤਾ ਲੱਗੇਗਾ, ਜਿਵੇਂ ਤੁਸੀਂ ਦੱਸਿਆ ਵੀ ਪਛਾਣ ਹੀ ਖੈ ਨਹੀਂ ਗਈ, ਬਿਲਕੁਲ, ਤੇ ਤੁਹਾਡੇ ਕੋਲ ਪਛਾਣ ਹੀ ਖੈ ਨਹੀਂ, ਮੈਂ ਕਿਵੇਂ ਕਹਾਂ ਵੀ ਤੁਸੀਂ ਸਰਦਾਰਾਂ ਦੇ ਮੁੰਡੇ ਹੋ। ਇੱਕ ਕਹਿੰਦਾ ਜੀ ਪਿਛਲੇ ਸਾਲ ਮੈਂ ਦਸਤਾਰ ਸਜਾ ਕੇ ਆਉਂਦਾ ਹੁੰਦਾ ਸਰ, ਦਸਤਾਰ ਮੇਰੀ ਸੋਹਣੀ ਨਹੀਂ ਸੀ ਸੱਜਦੀ, ਤੇ ਕਹਿੰਦਾ ਮੈਨੂੰ ਕਈ ਕਹਿੰਦੇ ਸੀ ਯਾਰ ਆਹ ਕਿਵੇਂ ਕੱਲ ਵਾਲੀ ਸਜਾ ਕੇ ਆ ਗਿਆ, ਕੱਲ ਵਾਲੀ ਰੱਖ ਕੇ ਆ ਗਿਆ। ਕਹਿੰਦਾ ਮੈਨੂੰ ਘਿਰਣਾ ਜੀ ਹੋਈ, ਕਹਿੰਦਾ ਅਗਲੇ ਸਾਲ ਮੈਂ ਸੋਚਿਆ ਵੀ ਯਾਰ ਆਹ ਕੰਮ ਕਰ ਲਈਏ, ਕਹਿੰਦਾ ਮੈਂ ਕੇਸ ਕਤਲ ਕਰਾਤੇ। ਮੈਂ ਤਾਂ ਪੁੱਛਣਾ ਚਾਹੁੰਦਾ ਵੀ ਸਫ਼ਰ ਤਾਂ ਬਹੁਤ ਲੰਬਾ ਆ, ਹਰ ਬੱਚਾ ਚਾਹੁੰਦਾ ਮੇਰੀ ਦਸਤਾਰ ਬਹੁਤ ਸੋਹਣੀ ਹੋਵੇ, ਤੁਹਾਨੂੰ ਕਿੰਨਾ ਕੁ ਸਮਾਂ ਲੱਗਾ ਵੀ ਦਸਤਾਰ ਦੀ ਬਣਾਵਟ ਦੇ ਵਿੱਚ ਜਾਂ ਇਹਨੂੰ ਸੋਹਣੀ ਕਰਦੇ ਹਾਂ? ਬਖੂ ਸਾਹਿਬ ਮੈਨੂੰ 10 ਸਾਲ ਤੋਂ ਵੱਧ ਹੋ ਗਏ ਜੀ। ਜੀ, ਕਿਉਂਕਿ ਜੀ ਸ਼ੁਰੂਆਤ ਦੇ ਵਿੱਚ ਮਖੂ ਸਾਹਿਬ ਮੇਰੀ ਦਸਤਾਰ ਇੰਨੀ ਸੋਹਣੀ ਨਹੀਂ ਸੀ, ਕਿਉਂਕਿ ਮੈਨੂੰ ਦਸਤਾਰ ਆਉਂਦੀ ਨਹੀਂ ਸੀ, ਕਿਉਂਕਿ ਇਹ ਉਹ ਸਮਾਂ ਸੀ ਦਸਤਾਰ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਮਖੂ ਸਾਹਿਬ, ਇਹ ਉਹ ਸਮਾਂ ਸੀ ਜਦੋਂ ਕਿ ਅੱਜ ਕੱਲ੍ਹ ਦੇ ਵਾਂਗੂ ਦਸਤਾਰ ਦੀ ਕੋਚਿੰਗ ਦੇਣ ਵਾਲਾ ਕੋਈ ਨਹੀਂ ਸੀ। ਅੱਜ ਜ਼ਿਆਦਾ ਕੁਛ ਨਹੀਂ, ਅੱਜ ਬਿਲਕੁਲ, ਅੱਜ ਦੇ ਜੋ ਬੱਚੇ ਨੇ ਮੈਂ ਉਹਨਾਂ ਨੂੰ ਇੱਕ ਇਹ ਕਹਾਂਗਾ ਕਿ ਅੱਜ ਉਹ ਬੱਚੇ ਬਹੁਤ ਲੱਕੀ ਨੇ, ਬਹੁਤ ਖੁਸ਼ਕਿਸਮਤ ਨੇ ਜੋ ਦਸਤਾਰ ਦੇ ਦਸਤਾਰ ਨੂੰ ਪਿਆਰ ਕਰਦੇ ਨੇ, ਔਰ ਉਹਨਾਂ ਨੂੰ ਦਸਤਾਰ ਸਿਖਾਉਣ ਵਾਸਤੇ ਬਹੁਤ ਹਰ ਇੱਕ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਕੋਚ ਹੈਗੇ ਨੇ। ਸਾਡੇ ਸਮੇਂ ਦੇ ਵਿੱਚ ਕੋਈ ਕੋਚ ਨਹੀਂ ਸੀ, ਅਸੀਂ ਜੋ ਵੀ ਬੰਨਣੀ ਪੱਗ ਬੰਨ ਕੇ ਸ਼ੀਸ਼ੇ ਦੇ ਵਿੱਚ ਦੇਖਣਾ ਪੱਗ ਨੂੰ ਇਸ ਤਰ੍ਹਾਂ ਹੌਲੀ ਹੌਲੀ ਉਹਨੂੰ ਅੱਜ ਹੋਰ ਕੱਲ੍ਹ ਹੋਰ ਪਰਸੋਂ ਹੋਰ ਸੁਧਾਰ ਆਉਂਦਾ ਗਿਆ, ਅਤੇ ਇਹਦੇ ਸਾਲਾਂ ਬੱਧੀ ਲੱਗ ਗਏ। ਜੋ ਅੱਜ ਮੈਂ ਅੱਜ ਪੱਗ ਬੰਨੀ ਆ, ਮੈਨੂੰ ਮੇਰੀ ਪੱਗ ਨੂੰ ਦਸਤਾਰ ਨੂੰ ਦੇਖ ਰਹੇ ਨੇ, ਉਹ ਅੱਜ ਮੈਂ ਇਹ ਨਹੀਂ ਹੈਗਾ ਜੀ ਮੈਂ ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਮੇਰੀ ਪੱਗ ਸੋਹਣੀ ਹੋ ਗਈ ਜੀ, ਇਹਨੂੰ ਸਾਲਾਂ ਬੱਧੀ ਲੰਬਾ ਸਮਾਂ ਲੱਗਿਆ ਜੀ। ਵੀ ਰੋਜ਼ ਧਿਆਨ ਦੇਣਾ ਪੈਂਦਾ ਇਸ ਕੰਮ ਵੱਲ, ਧਿਆਨ ਦੇਣਾ ਪਿਆ ਜੀ। ਬਿਲਕੁਲ, ਤੁਸੀਂ ਹੁਣ ਤੱਕ ਵੀਰ ਜੀ ਕਿੰਨੇ ਕੁ ਕੈਂਪ ਲਗਾ ਚੁੱਕੇ ਹੋ ਦਸਤਾਰਾਂ ਦੇ? ਵੀਰ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਜੀ ਮੈਂ ਇਹ ਦੱਸਣਾ ਚਾਹੁੰਦਾ ਮੈਨੂੰ ਘੱਟੋ ਘੱਟ 10 ਸਾਲ ਦੇ ਨੇੜੇ ਤੇ ਹੋ ਗਏ ਜੀ ਦਸਤਾਰ ਸਿਖਲਾਈ ਕੈਂਪ ਲਾਉਂਦੇ ਨੇ ਜੀ। ਗਿਣਤੀ ਤਾਂ ਵੈਸੇ ਮੇਰੇ ਪੱਕੀ ਯਾਦ ਨਹੀਂ, ਵੈਸੇ 100 ਤੋਂ ਉੱਪਰ ਤੱਕ ਹੋਣਗੇ ਜੀ ਮੈਂ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲਾ ਚੁੱਕਿਆ। ਤੁਸੀਂ ਕੈਂਪ ਲਗਾਏ ਹੈ, ਉਹਦੀ ਕੋਈ ਆਊਟਪੁੱਟ ਵੀ ਨਿਕਲੀ ਹੈ ਕਿ ਨਹੀਂ? ਹਾਂਜੀ ਮੁੱਖ ਸਾਹਿਬ ਮੈਂ ਦੱਸਣਾ ਚਾਹੁੰਦਾ ਜਿੱਥੇ ਜਿੱਥੇ ਵੀ ਮੈਂ ਕੈਂਪ ਲਾਏ ਨੇ ਪਿੰਡਾਂ ਦੇ ਵਿੱਚ, 100 ਤੋਂ ਉੱਪਰ ਤਾਂ ਤੁਹਾਨੂੰ ਦੱਸਤਾ ਵੀ ਕੈਂਪ ਲਾਏ ਨੇ, ਉੱਥੇ ਮੈਨੂੰ ਲੱਗਦਾ ਜੀ 10-10 ਬੱਚੇ ਜਿਹੜੇ ਅੱਜ ਹੈਗੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਉਹ ਦਸਤਾਰਾਂ ਸਿਖਾ ਵੀ ਰਹੇ ਨੇ। ਓਕੇ, ਸਾਡੇ ਮਨ ਦੇ ਵਿੱਚ ਇਹ ਚਾਹੁੰਦਾ ਸੀ ਅਸੀਂ ਸਿਖਾਉਂਦੇ ਹਾਂ, ਚਲੋ ਅਸੀਂ ਥੋੜ੍ਹੀ ਗਿਣਤੀ ਦੇ ਵਿੱਚ ਸੀਗੇ ਉਦੋਂ ਸਿਖਾਉਂਦੇ ਸੀਗੇ, ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਕੋਚ ਬਹੁਤ ਜ਼ਿਆਦਾ ਹੋਣ, ਸਾਡੇ ਮਨ ਦੇ ਵਿੱਚ ਹੁੰਦਾ ਸੀ ਇੱਕ ਬਹਾਨਾ ਨਾ ਰਹੇ ਜੇ ਮੈਨੂੰ ਆਉਂਦੀ ਨਹੀਂ ਸੀ, ਦਸਤਾਰ ਸਾਫ ਨਹੀਂ ਸੀ ਜਾਂ ਕੁਛ ਵੀ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਕਿਉਂਕਿ ਮੁੱਖ ਸਾਹਿਬ ਇਹ ਆ ਜੀ ਬੱਚੇ 10ਵੀਂ ਕਲਾਸ ਤੱਕ ਜਾਂਦੇ ਆ, 10ਵੀਂ ਕਲਾਸ ਦੇ ਵਿੱਚ ਕੀ ਹੁੰਦਾ ਉੱਥੋਂ ਤੱਕ ਪਟਕਾ ਬੰਦੇ ਸਿਰ 'ਤੇ, ਉਸ ਤੋਂ ਬਾਅਦ +2 ਦੇ ਵਿੱਚ ਜਾਂਦੇ ਆ, ਕਈ ਬੱਚੇ ਉੱਥੇ ਤੱਕ ਵੀ ਪਟਕਾ ਬੰਦੇ ਆ, ਉਸ ਤੋਂ ਬਾਅਦ ਜਦੋਂ ਕੋਈ ਡਿਗਰੀ ਡਿਪਲੋਮਾ ਜਾਂ ਕਿਸੇ ਐਨੀ ਅਦਰ ਹੋਰ ਕਾਲਜ ਵਿੱਚ ਦਾਖਲਾ ਲੈਂਦੇ ਆ, ਉੱਥੇ ਕੀ ਹੁੰਦਾ ਜੀ ਉੱਥੇ ਸੋਹਣੀਆਂ ਪੱਗਾਂ ਬੰਨੀਆਂ ਹੁੰਦੀਆਂ ਮੁੰਡਿਆਂ ਦੀ ਜੀ, ਪਰ ਬੱਚੇ ਦੇ ਹੁਣ ਤੱਕ ਪਟਕਾ ਬੰਨਿਆ ਹੁੰਦਾ, ਉੱਥੇ ਕੀ ਹੁੰਦਾ ਜੀ ਬੱਚੇ ਨਾ ਚਾਹੁੰਦੇ ਵੀ ਕੇਸ ਕਟਾਉਂਦੇ ਨੇ, ਕਿਉਂਕਿ ਉਹਨਾਂ ਤੋਂ ਸੋਹਣੀ ਦਸਤਾਰ ਬੰਨਣੀ ਨਹੀਂ ਆਉਂਦੀ ਜੀ, ਮਾੜੀ ਉਹ ਬੰਨ ਕੇ ਨਹੀਂ ਜਾਣੀ ਚਾਹੁੰਦੇ, ਇਸ ਕਰਕੇ ਉਹ ਕੇਸ ਕਟਾਉਂਦੇ ਨੇ। ਓਕੇ, ਸੋਹਣੀ ਸਜਾਉਣੀ ਨਹੀਂ ਆਉਂਦੀ, ਮਾੜੀ ਬੰਨ ਕੇ ਜਾਣਾ ਨਹੀਂ ਚਾਹੁੰਦੇ, ਇਸ ਕਰਕੇ ਉਹ ਕਟਾ ਦਿੰਦੇ ਨੇ। ਅਤੇ ਇਸ ਕਰਕੇ ਮਖੂ ਸਾਹਿਬ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਸਕੂਲਾਂ ਦੇ ਵਿੱਚ ਜਾ ਕੇ ਕੈਂਪ ਲਗਾਏ ਜਾਣ, ਅਸੀਂ ਬੇਨਤੀ ਵੀ ਕਰਦੇ ਹਾਂ ਜੋ ਸਕੂਲ ਦੇ ਪ੍ਰਿੰਸੀਪਲ ਸਰ ਹੁੰਦੇ ਨੇ ਕਿ ਜੀ ਤੁਸੀਂ ਥੋੜ੍ਹਾ ਜਿਹਾ ਸਮਾਂ ਸਾਡੇ ਲਈ ਕੱਢੋ, ਬੱਚਿਆਂ ਨੂੰ ਸਾਡੇ ਨਾਲ ਜੋੜੋ, ਅਸੀਂ ਟਾਈਮ ਦੇ ਕੇ ਅਸੀਂ ਕੈਂਪ ਲਾਈਏ। ਓਕੇ, ਅਤੇ ਬੱਚੇ ਬਹੁਤ ਵਧੀਆ ਢੰਗ ਨਾਲ ਸਿੱਖਦੇ ਵੀ ਹੈ ਜੀ, ਕਿਉਂਕਿ ਸਕੂਲਾਂ ਦੇ ਵਿੱਚ ਸਿਖਾਉਣ ਦੀ ਲੋੜ ਆ, ਸਕੂਲਾਂ ਤੋਂ ਸਿੱਖ ਕੇ ਬੱਚੇ ਅੱਗੇ ਜਾਣਗੇ ਕੇਸ ਨਹੀਂ ਕਟਾਉਣਗੇ। ਹਾਂ, ਕਾਲਜ ਵਿੱਚ ਜਾਣਗੇ ਦਸਤਾਰ ਸੋਹਣੀ ਹੋਵੇਗੀ, ਨਾਲੇ ਉਦੋਂ ਤੱਕ ਬੱਚਾ ਮਚਿਓਰ ਹੋ ਜਾਂਦਾ ਆ, ਔਰ ਦਸਤਾਰ ਦੀ ਮਹਾਨਤਾ ਦਾ ਪਤਾ ਲੱਗ ਜਾਂਦਾ ਹੈ। ਬਿਲਕੁਲ, ਹੈ ਨਾ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਵੀਰ ਜੀ ਜਿਵੇਂ ਤੁਸੀਂ ਦੱਸਿਆ ਵੀ ਕੈਂਪ ਤੁਸੀਂ ਬਹੁਤ ਜ਼ਿਆਦਾ ਲਗਾ ਚੁੱਕੇ ਹੋ, ਹਾਂਜੀ, ਔਰ ਆਊਟਪੁੱਟ ਤੁਸੀਂ ਉਹਦੀ ਦੱਸਿਆ ਵੀ ਸਾਨੂੰ ਪਿੰਡਾਂ ਦੇ ਵਿੱਚ 10-10 ਕੋਚ ਮਿਲ ਕੇ ਜੀ, ਵੀ ਬੱਚੇ ਤਿਆਰ ਹੋ ਕੇ ਅੱਗੇ ਕੋਚ ਬਣ ਕੇ। ਬਿਲਕੁਲ ਜੀ, ਪਰ ਜਦੋਂ ਤੁਸੀਂ ਕੈਂਪ ਲਗਾਉਂਦੇ ਹੋ, ਕੈਂਪ ਲਗਾਉਂਦੇ ਤੁਹਾਨੂੰ ਕਿਹੜੀ ਕਿਹੜੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਹੜੀਆਂ ਔਕੜਾਂ ਆਉਂਦੀਆਂ ਨੇ, ਇਹਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ? ਹਾਂਜੀ ਵੀਰ ਜੀ, ਇਹਦੇ ਵਿੱਚ ਮੈਨੂੰ ਥੋੜ੍ਹੇ ਕਿਸੇ ਕਈ ਪਿੰਡਾਂ ਦੇ ਵਿੱਚ ਹੋਈਆਂ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਇਹਦੇ ਵਿੱਚ ਇਹ ਹੁੰਦਾ ਜਿਵੇਂ ਕਿ ਕਮੇਟੀਜ਼ ਬਣੀਆਂ ਹੁੰਦੀਆਂ ਨੇ, ਕਮੇਟੀਆਂ ਆਮ ਆਪਾਂ ਦੇਖਦੇ ਹਾਂ, ਕਈ ਵਾਰ ਕੀ ਹੁੰਦਾ ਜੀ ਇੱਕ ਕਮੇਟੀ ਵਾਲਿਆਂ ਨੇ ਮੈਨੂੰ ਬੁਲਾ ਲਿਆ, ਉਹ ਫਿਰ ਦੂਸਰੇ 'ਚ ਉਹ ਮੈਂਬਰ ਕਮੇਟੀ ਦੇ ਉਹਨਾਂ ਤੋਂ ਨਾਰਾਜ਼ ਹੁੰਦੇ ਨੇ, ਉੱਥੇ ਪਹੁੰਚਦੀ ਨਹੀਂ। ਓਕੇ, ਇਹ ਵੀ ਹੋ ਜਾਂਦਾ, ਕਈ ਵਾਰ ਹੋਇਆ ਇਹ ਕੌੜਾ ਸੱਚ ਆ। ਅਤੇ ਉਹਦੇ ਵਿੱਚ ਕੀ ਹੁੰਦਾ ਜੀ, ਅਸੀਂ ਚਾਹੁੰਦੇ ਸਾਰੀ ਕਮੇਟੀ ਮੈਂਬਰ ਆਉਣ, ਪੇਰੈਂਟਸ ਬਹੁਤ ਆਉਂਦੇ ਨੇ, ਬਹੁਤ ਜ਼ਿਆਦਾ ਬੱਚਿਆਂ ਦੇ ਪੇਰੈਂਟਸ ਵੀ ਆਉਂਦੇ ਨੇ, ਵਿੱਚ ਕਈ ਬੱਚੇ ਸ਼ਰਾਰਤੀ ਵੀ ਹੁੰਦੇ ਨੇ, ਉਹ ਥੋੜ੍ਹੇ ਛੋਟੇ, ਉਹ ਤਾਂ ਨੋਰਮਲ ਗੱਲਾਂ ਨੇ, ਬੱਚੇ ਇੱਕ ਦੂਸਰੇ ਦਾ ਸ਼ੀਸ਼ਾ ਭੰਨਤਾ ਜਾਂ ਕਿੱਦਾਂ ਕੁਛ ਕਰਤਾ, ਬੱਚੇ ਦੀ ਪੱਗ ਚੱਕ ਕੇ ਸੁੱਟਤੀ, ਬੱਚੇ ਨੂੰ ਇੱਕ ਦੂਸਰੇ ਨੂੰ ਛੇੜ ਲਿਆ, ਉਹ ਛੋਟੇ ਛੋਟੀਆਂ
ਬੜੀ ਵੱਡੀ ਇਹ ਜੀ ਜੋ ਆਪਸੀ ਤਾਲਮੇਲ ਨਹੀਂ ਹੁੰਦਾ। ਬਚਪਨ ਹੈ ਨਾ, ਬਚਪਨ ਦੇ ਵਿੱਚ ਦੇਖੋ ਜਿਵੇਂ ਕਹਿੰਦੇ ਕਿ ਜੇ ਬੱਚਾ ਸ਼ਰਾਰਤ ਨਹੀਂ ਕਰਦਾ ਹੈ ਨਾ ਤੇ ਸਮਝਿਆ ਜਾ ਸਕਦਾ ਵੀ ਬਿਮਾਰ ਹੈ। ਹਾਂਜੀ, ਜੇ ਬਾਲਾ ਟਿੱਕੇ ਬਹਿ ਜਾਂਦਾ ਤੇ ਆਪਾਂ ਚਲੋ ਇਹ ਅੰਦਾਜ਼ਾ ਲਾ ਦਿੰਦੇ ਵੀ ਬਚਪਨ ਆ ਗਿਆ, ਬਚਪਨ ਦੇ ਵਿੱਚ ਬੜਾ ਕੁਛ ਬੱਚੇ ਕਰਦੇ, ਸ਼ੀਸ਼ਾ ਭੰਨਤਾ ਕਰਤਾ, ਨਾਲੇ ਦਸਤਾਰ ਬੱਚਾ ਉਦੋਂ ਸੁੱਟਣੀ ਬੰਦ ਕਰ ਦੇਗਾ ਜਦੋਂ ਦਸਤਾਰ ਦੀ ਅਹਿਮੀਅਤ ਦਾ ਪਤਾ ਲੱਗ ਜਾਏਗਾ। ਇੱਥੇ ਵੀ ਕਿਤੇ ਨਾ ਕਿਤੇ ਘਾਟ ਸਾਡੀ ਹੈ ਵੀ ਅਸੀਂ ਬੱਚੇ ਨੂੰ ਉਹ ਅਹਿਮੀਅਤ ਨਹੀਂ ਦੱਸ ਪਾਏ ਵੀ ਦਸਤਾਰ ਦੀ ਅਹਿਮੀਅਤ ਕੀ। ਜਿੱਦਣ ਅਹਿਮੀਅਤ ਪਤਾ ਲੱਗੀ ਉਦੇ ਨਹੀਂ ਬੱਚਾ ਧਰਤੀ ਤੇ ਲੱਗਣ ਦਿੰਦਾ। ਇਹ ਵੀ ਬਿਲਕੁਲ ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਰ ਇਸ ਤੋਂ ਇਲਾਵਾ ਔਕੜਾਂ ਜਿਹੜੀਆਂ ਤੁਸੀਂ ਦੱਸੀਆਂ ਵੀ ਮਾਈਨਰ ਦੀਆਂ ਆਉਂਦੀਆਂ ਬਹੁਤ ਵੱਡੀਆਂ ਨਹੀਂ ਆਉਂਦੀਆਂ ਕਿ ਜਦੋਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕੈਂਪ ਲਗਾਉਣ ਲੱਗਦੇ ਹੋ, ਹਾਂਜੀ, ਉਹ ਸਾਰਾ ਖਰਚਾ ਤੁਹਾਡਾ ਹੁੰਦਾ ਆ ਜਾਂ ਕਿੰਨਾ ਦਾ ਹੁੰਦਾ ਆ, ਜਾਂ ਗੁਰਦੁਆਰਾ ਸਾਹਿਬ ਕਹਿ ਦਿੰਦਾ ਵੀ ਤੁਸੀਂ ਕੈਂਪ ਲਗਾਓ, ਖਰਚਾ ਅਸੀਂ ਕਰਾਂਗੇ, ਜਾਂ ਸਤਾਰਾਂ ਘੱਟ ਗਈਆਂ ਅਸੀਂ ਦੇਵਾਂਗੇ, ਜਾਂ ਇੰਨੀ ਕੁਛ ਇਸ ਤਰੀਕੇ ਦਾ ਕੋਈ ਰਿਸਪੋਂਸ ਵੱਡਾ ਸਾਰਾ ਮਿਲਦਾ ਕਿ ਨਹੀਂ? ਹਾਂਜੀ ਵੀਰ ਜੀ, ਇਹ ਅਲੱਗ ਅਲੱਗ ਰਿਸਪੋਂਸ ਮਿਲਦੇ ਆ ਜੀ। ਕਈ ਵਾਰ ਕੀ ਹੁੰਦਾ, ਮੈਨੂੰ ਫੋਨ ਕਾਲ ਆਉਂਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ, ਉਹ ਸਾਰਾ ਖਰਚਾ ਵੀ ਪ੍ਰਬੰਧਕ ਕਮੇਟੀ ਵੀ ਕਰਦੀ ਹੈ। ਦਸਤਾਰ ਸਿਖਾਉਣ ਤੱਕ ਦਾ ਵੈਸੇ ਕੋਈ ਜ਼ਿਆਦਾ ਵੱਡਾ ਖਰਚਾ ਨਹੀਂ ਹੁੰਦਾ ਮੱਖੂ ਸਾਹਿਬ। ਜਿੱਥੇ ਦਸਤਾਰ ਸਿਖਲਾਈ ਕੈਂਪ ਦੀ ਇੱਕ ਸਮਾਪਤੀ ਤੋਂ ਬਾਅਦ ਦਸਤਾਰ ਕੰਪੀਟੀਸ਼ਨ ਕਰਾਉਂਦੇ ਆ, ਉਹਨਾਂ ਦਾ ਖਰਚਾ ਆਉਂਦਾ। ਉਹ ਕਈ ਵਾਰ ਕੀ ਹੁੰਦਾ, ਜਿਵੇਂ ਕਿ ਕਮੇਟੀਆਂ ਦੇ ਮੈਂਬਰ ਸਾਹਿਬਾਨ ਉਹ ਵੀ ਆਪਸ ਵਿੱਚ ਹੀ ਰਲ ਕੇ ਕਰ ਲੈਂਦੇ ਆ। ਕਈ ਵਾਰ NRI ਵੀਰ ਨੇ, ਉਹ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਉਹ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਵੱਲੋਂ ਬਹੁਤ ਸਹਿਯੋਗ ਆਉਂਦਾ। ਓਕੇ, ਪਿੰਡ ਲੈਵਲ 'ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਾਡੇ ਪਿੰਡ ਦਸਤਾਰ ਸਿਖਲਾਈ ਕੈਂਪ ਚੱਲਦਾ, ਮੁਕਾਬਲੇ ਹੋਣੇ ਨੇ, ਬੱਚੇ ਜੁੜ ਰਹੇ ਨੇ, ਉਹ ਫਿਰ ਕਮੇਟੀਆਂ ਨੂੰ ਬਹੁਤ ਜ਼ਿਆਦਾ ਆਪਣੇ ਵੱਲੋਂ ਜਿੰਨੇ ਵੀ ਯੋਗੀ ਹੁੰਦੇ ਨੇ ਸਹਿਯੋਗ ਭੇਜਦੇ ਆ। ਵੀ ਕਹਿਣ ਤੋਂ ਭਾਵ ਜਿਹੜੇ NRI ਭਰਾ ਨੇ ਜਦੋਂ ਪਤਾ ਲੱਗਦਾ ਆ ਹੈ ਨਾ ਵੀ ਸਾਡੇ ਪਿੰਡ ਦੇ ਵਿੱਚ ਦਸਤਾਰ ਕੈਂਪ ਹੈ ਜਾਂ ਸਾਡੇ ਪਿੰਡ ਵਿੱਚ ਗੁਰੂ ਵੀ ਇੰਝ ਕਹਿ ਲਈਏ ਵੀ ਕੰਮ ਕਰਕੇ ਦਿਖਾਉਣਾ ਪੈਂਦਾ ਪਹਿਲਾਂ, ਬਿਲਕੁਲ ਹੈ ਨਾ, ਜਦੋਂ ਉਹਨਾਂ ਨੂੰ ਦੱਸੇਗਾ ਵੀ ਸਾਡੇ ਪਿੰਡ ਦੇ ਵਿੱਚ ਕੰਮ ਹੋ ਰਿਹਾ ਤੇ ਅਗਲੇ ਬਾਹਰੋਂ ਸਹਿਯੋਗ ਭੇਜ ਵੀ ਦਿੰਦੇ ਨੇ, ਹੈ ਨਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਈ ਵਾਰੀ ਫਰੋਡ ਵੀ ਹੋ ਜਾਂਦਾ ਤੇ ਅਸੀਂ ਆਹ ਕਰਨਾ, ਰੁਪਈਆ ਇੰਨਾ ਆਉਣਾ, ਅਗਲੇ ਭੇਜ ਦਿੰਦੇ ਨੇ, ਖਰਚਾ ਘੱਟ ਲੱਗਦਾ, ਫਿਰ ਉਹਨਾਂ ਤੱਕ ਇਨਫੋਰਮੇਸ਼ਨ ਜਾਂਦੀ ਹੈ, ਅਗਲੇ ਦਾ ਮਨ ਦੁਖੀ ਹੋ ਜਾਂਦਾ ਕੰਮ ਕਰਕੇ। ਫਿਰ ਉਸ ਤੋਂ ਬਾਅਦ ਬਿਲਕੁਲ ਵੀਰ ਜੀ, ਇੱਕ ਬੱਚਾ ਜਿਹੜਾ ਨੋਰਮਲ ਬੱਚਾ ਆ ਜੀ, ਜਿਹਨੇ ਅੱਜ ਦਸਤਾਰ ਨੂੰ ਪਹਿਲੇ ਦਿਨ ਹੱਥ ਪਾਇਆ ਜੀ, ਇਸ ਤੋਂ ਪਹਿਲਾਂ ਉਹ ਪਟਕਾ ਸਜਾ ਕੇ ਜਾਂਦਾ ਹੁੰਦਾ ਸੀ, ਪਟਕਾ ਲਾ ਕੇ ਜਾਂਦਾ ਹੁੰਦਾ ਸੀ, ਐਨੀ ਹਾਂਜੀ, ਉਹ ਦਸਤਾਰ ਵਾਲੇ ਪਾਸੇ ਅੱਜ ਆਇਆ, ਉਹਨੂੰ ਕਿੰਨਾ ਕੁ ਸਮਾਂ ਲੱਗਦਾ ਵੀ ਸੋਹਣੀ ਦਸਤਾਰ ਸਿਰ ਦੇ ਉੱਪਰ ਸਜਾਉਣ ਦੇ ਵਿੱਚ? ਵੀਰ ਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਇਹਦੇ ਵਿੱਚ ਇਹ ਆ ਵੀਰ ਜੀ, ਦੋ ਕੁ ਗੱਲਾਂ ਆਪਾਂ ਕਹਿ ਸਕਦੇ ਹਾਂ, ਦੋ ਗੱਲਾਂ ਇਹ ਨੇ। ਪਹਿਲੀ ਗੱਲ ਵੀ ਬੱਚੇ ਦੇ ਮਨ ਦਾ ਉਤਸ਼ਾਹ ਕਿੰਨਾ ਕੁ ਆ ਦਸਤਾਰ ਬਾਰੇ, ਠੀਕ ਹੈ ਜੀ, ਕਿੰਨਾ ਕੁ ਬੱਚੇ ਦੇ ਮਨ ਦੇ ਵਿੱਚ ਹੈ ਜੀ ਮੈਂ ਦਸਤਾਰ ਨੂੰ ਸਿੱਖਣਾ ਚਾਹੁੰਦਾ, ਸਿੱਖਣੀ ਚਾਹੁੰਦਾ ਬੱਚਾ। ਦੂਸਰੇ ਜੀ, ਸਿਖਾਉਣ ਵਾਲੇ 'ਤੇ ਡਿਪੈਂਡ ਕਰਦਾ, ਉਹ ਦਸਤਾਰ ਨੂੰ ਕਿੰਨੇ ਕੁ ਸੌਖੇ ਢੰਗ ਨਾਲ, ਕਿੰਨੀਆਂ ਕੁ ਬਰੀਕੀਆਂ ਸੌਖੇ ਢੰਗ ਨਾਲ ਦੱਸਦਾ, ਕਿੰਨਾ ਕੁ ਉਹਨਾਂ ਦਾ ਸਮਝਾਉਣ ਦਾ ਢੰਗ ਸਹੀ ਆ, ਮਤਲਬ ਪਿਆਰ ਨਾਲ ਸਮਝਾਉਂਦਾ, ਘੂਰ ਕੇ ਸਮਝਾਉਂਦਾ, ਇਹਦੇ 'ਤੇ ਡਿਪੈਂਡ ਕਰਦਾ। ਕਈ ਬੱਚੇ ਹੁੰਦੇ ਆ ਵੀਰ ਜੀ, ਮੇਰੇ ਕੋਲ ਵੀ ਹੈਗੇ ਨੇ ਬੱਚੇ ਜਿਹੜੇ ਸਿਰਫ 5 ਤੋਂ 7 ਦਿਨਾਂ ਦੇ ਵਿੱਚ ਬਹੁਤ ਸੋਹਣੀ ਦਸਤਾਰ ਸਜਾਉਣੀ ਸ਼ੁਰੂ ਕਰਦੇ। ਕਈ ਬੱਚੇ, ਕਈ ਜਗ੍ਹਾ 'ਤੇ ਮੈਂ ਮਹੀਨਾ ਮਹੀਨਾ ਕੈਂਪ ਲਾਇਆ, ਪਹਿਲੇ ਦਿਨ ਤੋਂ ਲੈ ਕੇ ਮਹੀਨੇ ਦਾ ਅਖੀਰਲੇ ਦਿਨ ਤੱਕ ਉਹ ਬੱਚੇ ਵਿਚਾਰੇ ਉੱਥੇ ਕੇ ਖੜੇ ਰਹਿੰਦੇ ਨੇ, ਜਿੰਨਾ ਕੁ ਉਹਨੂੰ ਦੱਸਣਾ ਬਸ ਉਹਨਾਂ ਕੁ, ਕਿਉਂਕਿ ਅਸੀਂ ਦੱਸਿਆ ਇੱਕ ਬੱਚੇ ਨੂੰ ਖੜਾ ਕੀਤਾ ਦਸਤਾਰ ਸਿਖਲਾਈ ਕੈਂਪ ਦੇ ਵਿੱਚ ਖੜਾ ਕਰਕੇ, ਉਹਦੇ ਇਕੱਲੇ ਇਕੱਲੇ ਲੜ ਲਾ ਕੇ, ਪਹਿਲਾਂ ਸਭ ਤੋਂ ਪਹਿਲਾਂ ਪਾਣੀ ਕਿਸ ਤਰ੍ਹਾਂ ਲਾਉਣਾ ਦਸਤਾਰ ਨੂੰ, ਫਿਰ ਪੂਣੀ ਕਿਸ ਤਰ੍ਹਾਂ ਕਰਨੀ ਆ, ਫਿਰ ਪਹਿਲੇ ਲੜ ਤੋਂ ਲਾਸਟ ਲੜ ਤੱਕ ਇਕੱਲਾ ਇਕੱਲਾ ਲੜ ਉਹਨੂੰ ਦੱਸਣਾ ਵੀ ਕਿਸ ਤਰ੍ਹਾਂ ਲਾਉਣਾ, ਅਤੇ ਉਹ ਲੜ ਅਸੀਂ ਤਾਂ ਦੱਸ ਦਿੰਦੇ ਹਾਂ ਸਾਰਾ ਕੁਛ। ਬੱਚੇ ਇੱਧਰ ਦੇਖਣ ਦੀ ਬਜਾਏ ਹੋਰ ਪਾਸੇ ਧਿਆਨ ਹੁੰਦਾ ਬੱਚੇ, ਬਚਪਨੇ ਵਾਲੀ ਗੱਲ, ਉਹ ਜੋ ਬੱਚੇ ਨਹੀਂ ਧਿਆਨ ਦਿੰਦੇ ਉਹ ਬੱਚੇ ਨੂੰ ਥੋੜ੍ਹਾ ਜ਼ਿਆਦਾ ਟਾਈਮ ਲੱਗ ਜਾਂਦਾ। ਓਕੇ, ਵੀ ਗੱਲ ਲਗਨ 'ਤੇ ਡਿਪੈਂਡ ਕਰਦੀ, ਲਗਨ 'ਤੇ ਡਿਪੈਂਡ ਕਰਦੀ। ਦਰਸ਼ਕੋ, ਇੱਥੇ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਮੈਂ ਇੱਕ ਲਿਖਤ ਪੜ੍ਹੀ ਸੀ, ਉਹ ਕਹਿੰਦਾ ਵੀ 50% ਸਿੱਖਣ ਵਾਲਾ ਅਤੇ 50% ਸਿਖਾਉਣ ਵਾਲਾ, ਜਦੋਂ ਦੋਵੇਂ 50-50 ਕੰਮ ਕਰ ਜਾਂਦੇ ਆ ਤਾਂ 100% ਬਣ ਜਾਂਦਾ। ਕਹਿਣ ਤੋਂ ਭਾਵ ਜੇ ਸਿਖਾਉਣ ਵਾਲਾ ਪੂਰੀ ਲਗਨ ਨਾਲ ਸਿਖਾ ਰਿਹਾ, ਸਿੱਖਣ ਵਾਲਾ ਨਹੀਂ ਸਿੱਖਣਾ ਚਾਹੁੰਦਾ, ਅਤੇ ਤਾਂ ਵੀ ਮੇਰੇ ਖਿਆਲ ਦੇ ਵਿੱਚ ਕੈਂਪ ਦਾ ਰਿਜ਼ਲਟ ਨਹੀਂ ਨਿਕਲਦਾ। ਜੇ ਸਿੱਖਣ ਵਾਲੇ ਬੱਚੇ ਬਹੁ ਗਿਣਤੀ ਦੇ ਵਿੱਚ ਸਿੱਖਣ ਲਈ ਆ ਗਏ ਨੇ ਅਤੇ ਸਿਖਾਉਣ ਵਾਲੇ ਦਾ ਮਨ ਉੱਥੇ ਨਹੀਂ ਲੱਗਦਾ ਪਿਆ, ਅਤੇ ਤਾਂ ਵੀ ਗੜਬੜ ਆ ਜਾਏਗੀ। 50% ਘੱਟੋ ਘੱਟ ਬੱਚਿਆਂ ਦਾ ਹੋਵੇ, 50% ਸਿਖਾਉਣ ਵਾਲੇ ਦਾ ਹੋਵੇ, ਤਾਂ 100% ਜਿਹੜਾ ਰਿਜ਼ਲਟ ਹੈ ਇਹ ਉਸ ਪਿੰਡ ਦੀ ਝੋਲੀ ਵਿੱਚ ਪਵੇਗਾ, ਕੌਮ ਦੀ ਝੋਲੀ ਦੇ ਵਿੱਚ ਪਵੇਗਾ, ਸਾਡੇ ਉਸ ਸਿੱਖ ਸਮਾਜ ਦੀ ਝੋਲੀ ਦੇ ਵਿੱਚ ਪਵੇਗਾ। ਵੀਰ ਜੀ, ਬਹੁਤ ਸੁੰਦਰ ਤੁਸੀਂ ਗੱਲ ਕਹੀ ਹੈ ਵੀ ਇੱਕ ਬੱਚੇ ਦੀ ਸਿਖਲਾਈ 'ਤੇ ਵੀ ਡਿਪੈਂਡ ਕਰਦਾ ਵੀ ਕਿੰਨਾ ਕੁ ਸਮਾਂ ਲਾਉਂਦਾ ਆ। ਜੇ ਅੱਜ ਦੇ ਸਮੇਂ ਦੇ ਵਿੱਚ ਮੈਂ ਵੇਖਾਂ ਤਾਂ ਤੁਹਾਡੇ ਕੋਲ ਦਸਤਾਰ ਨੁੱਕਰ ਵਾਲੀ ਸਿੱਖਣ ਜ਼ਿਆਦਾ ਆਉਂਦੇ ਨੇ ਕਿ ਦਮਾਲਿਆਂ ਵਾਲੇ ਜ਼ਿਆਦਾ ਆਉਂਦੇ ਆ? ਵੈਸੇ ਵੀਰ ਜੀ, ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਵਧੀਆ ਗੱਲ ਪੁੱਛੀ ਹੈ, ਜ਼ਿਆਦਾ ਗਿਣਤੀ ਜੋ ਹੈ ਇਹ ਸਟਾਈਲਿਸ਼ ਜੋ ਦਸਤਾਰ ਹੈ ਜੀ, ਅਲੱਗ ਅਲੱਗ ਸਟਾਈਲ ਜਿਵੇਂ ਪਟਿਆਲਾ ਸ਼ਾਹੀ ਜਾਂ ਇਹ ਹੋ ਗਿਆ ਮੋਰਨੀ ਸਟਾਈਲ ਜੀ, ਤਿੱਖੀ ਨੋਕਲਾ ਜੋ ਤੁਸੀਂ ਕਹਿੰਦੇ ਹੋ, ਇਹਨੂੰ ਸਿੱਖਣ ਵਾਸਤੇ ਬੱਚੇ ਜ਼ਿਆਦਾ ਆਉਂਦੇ ਆ ਜੀ। ਦਮਾਲਾ ਸਾਹਿਬ ਸਿੱਖਣ ਵਾਸਤੇ ਉਹ ਬੱਚੇ ਆਉਂਦੇ ਆ ਜੋ ਕਿ ਪੂਰਨ ਤੌਰ 'ਤੇ ਖੰਡੇ ਦੀ ਪੋਲ ਨਾਲ ਕੀ ਬਾਤ ਅਮਰਤ
मैं हर एक तरह की दस्तार और दुमला साहब भी सिखाता हूँ। ओके जी, गुड़िया भी बच्चिया भी आके मेरे को कई कैंपा के दस्तार। हाँ, तुम वधिया कीता गल दसी है, जो तो कैंप लगते ने जी, असी बहुत कैंप के मैनू भी जाना पैंदा आ जी, उहदे विच मैं बच्चिया की गिणती जिथे 98 होवेगी 99 होवेगी उत्थे एक अद्धी बच्ची आई होंगी, इहदा कारण की है? बच्चिया घट क्यों ने ते बच्चे ज़्यादा क्यों इस पासे आ रहे हैं? वैसे भी जो तुसी वधिया गल पुछी आ, इहदे विच मैं तां इह समझदा जिवें कि हुण पछमी सभ्यता उहदा मारू प्रभाव साडे सारे ही नौजवान पीढ़ी ते पै रहा जी। उहदे विच की है जी, नौजवान वर्ग के मुंडे तो चलो ला लो भी दस्तार नाल जुड़ते ही जुड़ते हैं, कुड़ियां बहुत घट गिणती च जुड़दी ने, इहदा बहुत चुन्नी का भी होंगे क्योंकि 100 के दो तीन बच्चिया होंगे केसकी वाली जी जी, है ना, बाकी 95 चुन्नी वाली होंगे, उन्होंने भी जो गिणती की जाए तो मेरे ख्याल 60 जड़ी है बिल्कुल सिर से चुन्नी नहीं है, थोड़ा घटता घटता कम घट गया बिल्कुल। चलो खैर, तुम अपने ढंग के दसिया जरूर, असं भीर जी थोड़े को होर भी जानकारी लवेंगे, पर दर्शकों समा हो गया एक छोटे जे ब्रेक का, मिलते हैं ब्रेक तो बाद। एक सौ छे देशों विच देखे जा रहे अकाल चैनल दे कोल दुनिया के किसी भी कोने तो लाइव या डी लाइव करन दी पूरी टेक्नोलॉजी मौजूद है। तुहाडा सारा प्रोग्राम हाई डेफिनेशन से कवर किया जाएगा। जे तुसी गुरु महाराज के पैगाम नू घर घर तक पहुंचाना चाहते हो तो अज ही प्रोग्राम रिकॉर्ड करवाने लई संपर्क करो 07707484906 से। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। ब्रेक तो बाद देश विदेश के सारे ही दर्शकों का स्वागत करता हाँ तुहाडे पसंदीदा प्रोग्राम कुछ कौड़े सच विच। वीर जी, आपां गल करदे सी दस्तारां दे बारे। हाँ जी। कई बारी मैं देखदा वां कि किसे दे कोल कोई फिल्मी एक्टर आ जांदा आ, है ना, वो किसी फिल्म दे विच जां उहनूं लै जांदे आ, कई बारी वो दस जिहड़ा दस्तार कोच हुंदा आ उहनूं कहिंदे कि मेरी फिल्म दी शूटिंग चलदी, मैं तैनूं इन्ने रुपये देंगा उत्थे तूं मेरे दस्तार सजाउणी आ, है ना, ते इस चीज़ नूं जिहड़े कोच ने उह वी बड़ा माण महसूस करदे ने कि मेरे कोल फलाणा गवैया आया, जदकि कोई बहुत वड्डे माण वाली गल नहीं है, पर फिर भी किते ना किते एक थोड़ा जिहा आ जांदा मेरे कोल आया। तुहाडे कोल वी कोई इस तरह दा आया? हाँ जी वीर जी, बिल्कुल आया। नहीं वीर जी, मैं दसना चाहुंदा एक आकाश एडी नां दा सिंगर है जी, उहनां दे मैं मैरिज ते भी फंक्शन दे अटेंड ते कीता, उहनां दे पग्गां बन्न के एक करन बैनीपाल बहुत मशहूर सिंगर है जी पंजाब दा, उहनां दे गीत आ रहे इक नवां ਉਹਦੇ ਵਿੱਚ ਵੀ ਮੈਂ ਉਹਨਾਂ ਦੇ ਪੱਗ ਬੰਨ੍ਹ ਕੇ ਆਇਆ ਜੀ, ਅਤੇ ਦੋ ਤਿੰਨ ਕਲਾਕਾਰ ਹੋਰ ਨੇ ਉਹਨਾਂ ਦੇ ਵੀ ਮੈਂ ਵੀਡੀਓ ਸ਼ੂਟ ਦੇ ਵਿੱਚ ਉਹਨਾਂ ਦੇ ਪੱਗਾਂ ਬੰਨ੍ਹ ਕੇ ਆਇਆ ਜੀ। ਓਕੇ, ਇੱਕ ਹੋਰ ਜਾਣਕਾਰੀ ਦਿਓ, ਜਦੋਂ ਕਈ ਵਾਰੀ ਮੈਂ ਦੇਖਦਾ ਵਾਂ ਕੋਈ ਗਵੱਈਆ ਜੀ ਕਿਸੇ ਗਾਣੇ ਦੀ ਸ਼ੂਟਿੰਗ ਦੇ ਉੱਪਰ ਜੀ ਜਾਣਾ ਹੁੰਦਾ ਹੈ, ਹੈ ਨਾ, ਅਤੇ ਉਹ ਦਸਤਾਰ ਸਜਾਉਣ ਦੇ ਲਈ ਆ ਜਾਂਦੇ ਨੇ, ਮੀਨਸ ਉਹ ਆਪ ਇਸ ਪਾਸੇ ਜਾ ਤਾਂ ਧਿਆਨ ਨਹੀਂ ਦਿੰਦੇ ਜਾਂ ਇੰਜ ਕਹਿ ਲਓ ਵੀ ਇੰਨੀ ਸੋਝੀ ਖੈ ਨਹੀਂ ਗੀ, ਉਹ ਸਿਰਫ ਇੱਕ ਸ਼ੋਅ ਕਰਨ ਵਾਸਤੇ ਜਾਂ ਇੱਕ ਇੰਜ ਕਹਿ ਲਈਏ ਕਿ ਇੱਕ ਪਾਰਟ ਨਿਭਾਉਣ ਵਾਸਤੇ, ਹੈ ਨਾ, ਉਹ ਦਸਤਾਰ ਸਜਾਉਣ ਦੇ ਲਈ ਤੁਹਾਡੇ ਕੋਲ ਆ ਜਾਂਦੇ ਨੇ, ਔਰ ਤੁਸੀਂ ਦਸਤਾਰ ਸਜਾਉਂਦੇ ਹੋ, ਹੋ ਸਕਦਾ ਤੁਹਾਨੂੰ ਮਾਇਆ ਵੀ ਦਿੰਦੇ ਨੇ, ਫਿਰ ਤੁਸੀਂ ਉਹਨਾਂ ਫੋਟੋ ਕਰਾ ਕੇ ਵੀ ਰੱਖ ਦਿਓ ਔਰ ਦੱਸ ਦਿਓ ਵੀ ਮੇਰੇ ਕੋਲ ਇਹ ਆਏ ਆ, ਹੈ ਨਾ, ਬਿਲਕੁਲ, ਅਤੇ ਕੀ ਉਹਨਾਂ ਦੀਆਂ ਤਸਵੀਰਾਂ ਲਗਾਓਗੇ ਤਾਂ ਹੀ ਤੁਹਾਡੀ ਦੁਕਾਨਦਾਰੀ ਚੱਲੇਗੀ? ਮੇਰਾ ਇੱਕ ਸਵਾਲ ਹੈ। ਨਹੀਂ, ਇੱਦਾਂ ਦੀ ਗੱਲ ਨਹੀਂ ਹੈ ਵੀ ਜੀ, ਤਸਵੀਰਾਂ ਲਗਾ ਕੇ ਦੁਕਾਨਦਾਰੀ ਚਲਾਉਣ ਵਾਲੀ ਗੱਲ ਤਾਂ ਆਪਾਂ ਤੁਹਾਡੀ ਤੁਸੀਂ ਬਿਲਕੁਲ ਜਾਇਜ਼ ਪੁੱਛੀ ਆ, ਪਰ ਇਹਦੇ ਵਿੱਚ ਬਹੁਤ ਐਸੇ ਟ੍ਰੇਨਿੰਗ ਸੈਂਟਰ ਨੇ ਜਿੱਥੇ ਵੀ ਮੇਰੇ ਕੋਲੋਂ ਫਲਾਣਾ, ਮੇਰੇ ਕੋਲੋਂ ਫਲਾਣਾ, ਮੇਰੇ ਕੋਲੋਂ ਫਲਾਣਾ ਦਸਤਾਰ ਸਜਾ ਕੇ ਗਿਆ ਜੀ, ਹੈ ਨਾ। ਹਾਂਜੀ, ਉਹਨਾਂ ਨੂੰ ਅਸੀਂ ਪਾਣੀ ਪੀ ਪੀ ਕੇ ਕੋਸਦੇ ਹਾਂ, ਲੱਚਰ ਗਾਇਕੀ ਸਾਡੇ ਬੱਚੇ ਵੜਤੇ, ਬਿਲਕੁਲ ਗੁੰਡਾ ਰਾਜ ਵੀ ਸਾਡੇ ਬੱਚੇ ਵੜਤੇ, ਬਿਲਕੁਲ ਇਹਨਾਂ ਨੇ ਗੰਦੇ ਗੰਦੇ ਗਾਣੇ ਹਥਿਆਰਾਂ ਵਾਲੇ ਵੜਤੇ, ਉਹਦਾ ਰਿਜ਼ਲਟ ਕੀ ਨਿਕਲਦਾ ਫਿਰ? ਉਹ ਜਦੋਂ ਹੁੰਦੀ ਆ ਪਾਬੰਦੀ ਹਥਿਆਰ ਦੀ ਨਹੀਂ, ਉੱਥੇ ਜੱਟ ਫਾਇਰ ਕਰਦਾ, ਹੈ ਨਾ, ਬਿਲਕੁਲ, ਅਤੇ ਉਹੀ ਮੁੜ ਕੇ ਉਸ ਤੋਂ ਬਾਅਦ ਜਿੱਥੇ ਪਾਬੰਦੀ ਹੁੰਦੀ ਹੈ
ਪੈਲਸ ਦੇ ਵਿੱਚ ਪਾਬੰਦੀ ਹੈ ਹਥਿਆਰ ਲੈ ਕੇ ਜਾਣ ਦੀ, ਉੱਥੇ ਕੋਈ ਫੈਰ ਕਰਦਾ ਆ, ਹੈਨਾ, ਉੱਥੇ ਮੌਤਾਂ ਵੀ ਹੁੰਦੀਆਂ, ਉੱਥੇ ਮੌਤਾਂ ਹੁੰਦੀਆਂ ਨੇ, ਉਹਦੇ ਫਿਰ ਜ਼ਿੰਮੇਵਾਰੇ ਗਾਇਕ ਨੇ, ਹੈਨਾ, ਦੋਸ਼ੀ ਨੇ ਕੌਮ ਦੇ, ਸਮਾਜ ਦੇ, ਤੇ ਤੁਸੀਂ ਫਿਰ ਉਹਨਾਂ ਨਾਲ ਫੋਟੋ ਖਿਚਾ ਕੇ ਜਦੋਂ ਦੁਕਾਨਾਂ ਤੇ ਲਾਈ ਹੁੰਦੀ ਹੈ, ਆਪਣੇ ਟ੍ਰੇਨਿੰਗ ਸੈਂਟਰ ਤੇ ਲਾਈ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਇਹ ਕੰਮ ਬਹੁਤ ਚੰਗਾ? ਨਹੀਂ, ਬਿਲਕੁਲ ਮਾੜਾ ਕੰਮ, ਉਹੀ ਮੈਂ ਦੱਸਣੀ ਚਾਹੁੰਦਾ ਸੀ, ਇਹ ਕੋਈ ਬਾਹਲੀ ਵੱਡੀ ਜਾਂ ਮਾਰਕਾ ਮਾਰਨ ਵਾਲੀ ਗੱਲ ਨਹੀਂ ਹੈ ਜੀ। ਹਾਂ, ਕਲਾਕਾਰਾਂ ਨਾਲ ਫੋਟੋ ਵਾਲੀ, ਦੇਖੋ ਕਲਾਕਾਰ ਤਾਂ ਆਪ ਚੱਲ ਕੇ, ਉਹਨਾਂ ਨੂੰ ਸਾਡੀ ਲੋੜ ਸੀ, ਉਹ ਆਪ ਚੱਲ ਕੇ ਆ ਨਹੀਂ। ਅਸੀਂ ਕਲਾਕਾਰਾਂ ਕੋਲ ਇਹ ਨਹੀਂ ਕਹਿ ਕੇ ਗਏ ਹਾਂਜੀ ਤੁਸੀਂ ਸਾਡੇ ਨਾਲ ਫੋਟੋ ਕਰਾਓ, ਤੁਸੀਂ ਸਾਡੇ ਤੋਂ ਪੱਗ ਬਣਾਓ ਅਤੇ ਸਾਡੀ ਮਸ਼ਹੂਰੀ ਹੋ ਜਾਵੇ। ਕਲਾਕਾਰ ਆਪ ਆਉਂਦੇ ਆ ਜੀ, ਆਪ ਆ ਕੇ ਉਹ ਸਾਡੇ ਕੋਲ ਦਸਤਾਰ ਸਜਾਉਂਦੇ ਆ, ਸਾਨੂੰ ਇਹ ਜ਼ਰੂਰ ਹੁੰਦੀ ਹੈ, ਖੁਸ਼ੀ ਹੁੰਦੀ ਹੈ ਕਿ ਹਾਂਜੀ ਕਲਾਕਾਰ ਦਸਤਾਰ ਨਾਲ ਵੀ ਜੁੜੇ ਹੋਏ ਨੇ। ਕੱਲਾ ਚਲੋ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਹਾਂ ਭਾਵੇਂ ਉਹ ਸੀਨ ਫਿਲਮਾਉਣ ਲਈ ਆਏ ਆ, ਪਰ ਦਸਤਾਰ ਦਾ ਚਲੋ ਆਏ ਆ ਵੀ ਦਸਤਾਰ ਦਾ ਕਿਤੇ ਨਾ ਕਿਤੇ ਪ੍ਰਚਾਰ ਹੋ ਰਿਹਾ। ਬਿਲਕੁਲ ਜੀ, ਪ੍ਰਚਾਰ ਹੋ ਰਿਹਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਬਹੁਤ ਜ਼ਿਆਦਾ ਕਲਾਕਾਰਾਂ ਨੂੰ ਫੋਲੋ ਕਰਦੀ ਹੈ, ਜਿੱਥੇ ਕਿ ਦਸਤਾਰ ਜਿਵੇਂ ਹੁਣ ਗਿੱਪੀ ਗਰੇਵਾਲ ਦੀਆਂ ਫਿਲਮਾਂ ਆਈਆਂ ਨੇ, ਲੋਕਾਂ ਨੂੰ ਬਹੁਤ ਪਸੰਦ ਕਰਦੇ ਆ, ਪਰ ਉਹਨੇ ਇੱਕ ਦੋ ਫਿਲਮਾਂ ਦੇ ਵਿੱਚ ਪੱਗ ਬੰਨ੍ਹ ਕੇ ਆਪਣੇ ਰੋਲ ਕੀਤੇ ਹੋਏ ਆ, ਤਾਂ ਜੋ ਉਹਨਾਂ ਨੂੰ ਦੇਖ ਕੇ ਵੀ ਹੋ ਸਕਦਾ ਦਸਤਾਰ ਨਾਲ ਜੁੜ ਜਾਣ, ਉਹਨਾਂ ਦੀ ਉਹਦੀ ਕਾਪੀ ਕਰਦੇ ਲਈ ਵੀ, ਕਾਪੀ ਕਰਕੇ ਵੀ, ਚਲੋ ਅਸੀਂ ਕਹਿੰਦੇ ਦਸਤਾਰ ਦੀ ਗਿਣਤੀ ਵਧੇ, ਹੋ ਸਕਦਾ ਉਹਨੂੰ ਦੇਖ ਕੇ ਹੀ ਕੋਈ ਉਹਦੀ ਰੀਸ ਕਰਦਾ ਮਾਰੇ, ਵਿੱਚੋਂ ਵੀ ਅਸੀਂ ਪੋਜ਼ਿਟਿਵ ਲੱਭਣ ਦਾ ਯਤਨ ਕਰਦੇ ਹਾਂ ਵੀ ਲੱਸੀ ਵਿੱਚੋਂ ਵੀ ਮੱਖਣ ਕੱਢ ਦਈਏ, ਹੈਨਾ, ਕਹਿਣ ਤੋਂ ਪਾਵੇ ਠੀਕ ਹੈ ਤੁਹਾਡੀ ਗੱਲ। ਪਰ ਦਰਸ਼ਕੋ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦੇ ਹਾਂ, ਕਿਉਂਕਿ ਇਹ ਇੰਟਰਵਿਊ ਸਾਡਾ ਯੂਥ ਜ਼ਿਆਦਾ ਸੁਣਦਾ ਹੋਵੇਗਾ ਜਿੱਥੋਂ ਤੱਕ ਮੈਂ ਆਸ ਕਰ ਸਕਦਾ ਵਾਂ, ਕਿਉਂਕਿ ਮਾਮਲਾ ਦਸਤਾਰ ਨਾਲ ਜੁੜਿਆ ਹੋਇਆ। ਇੱਕ ਬਜ਼ੁਰਗ ਉਹ ਕਹਿੰਦਾ ਨਹੀਂ ਜਿੱਥੇ ਕਿਤੇ ਹੱਥ ਟਿਕਿਆ ਵਧੀਆ ਕੰਮ ਚੱਲੀ ਜਾਂਦਾ, ਪਰ ਇੱਕ ਜਿਹੜਾ ਬੱਚਾ ਹੈ ਉਹਦੇ ਅੰਦਰ ਇੱਕ ਲਗਨ ਹੁੰਦੀ ਹੈ, ਮੇਰੀ ਦਸਤਾਰ ਹੋਰ ਸੋਹਣੀ, ਮੇਰੀ ਦਸਤਾਰ ਹੋਰ ਸੋਹਣੀ। ਵੈਸੇ ਦਸਤਾਰ ਤਾਂ ਸੋਹਣੀ ਹੀ ਸੋਹਣੀ ਹੁੰਦੀ ਹੈ, ਸਟਾਈਲ ਵੱਖੋ ਵੱਖਰੇ ਹੋ ਸਕਦੇ ਨੇ, ਪਰ ਦਰਸ਼ਕੋ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਵਾਂ, ਜਦੋਂ ਸਾਡੇ ਬੱਚੇ ਆਪਣਾ ਆਦਰਸ਼ ਮੰਨ ਲੈਂਦੇ ਨੇ ਇਹਨਾਂ ਗਾਣੇ ਗਾਉਣ ਵਾਲਿਆਂ ਨੂੰ, ਵੀ ਉਹਨੇ ਆਹ ਫਿਲਮ ਦੇ ਅੰਦਰ ਆਹ ਦਸਤਾਰ ਸਜਾਈ ਸੀ, ਆਹ ਗਾਣੇ ਦੇ ਉੱਪਰ ਆਹ ਸੀ, ਆਹ ਕੁੜਤਾ ਸੀ, ਮੈਂ ਉਵੇਂ ਕਰਾਂਗਾ, ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਤੁਹਾਡੇ ਆਦਰਸ਼ ਇਹ ਗੀਤ ਗਾਉਣ ਵਾਲੇ ਨਹੀਂ, ਕਿਉਂਕਿ ਜਦੋਂ ਇਹ ਦਸਤਾਰਾਂ ਉਤਾਰਦੇ ਨੇ ਤਾਂ ਹੇਠੋਂ ਵਾਲ ਐਡੇ ਐਡੇ ਵੀ ਨਿਕਲਦੇ ਨੇ, ਇਹ ਤੁਹਾਡੇ ਆਦਰਸ਼ ਨਹੀਂ, ਤੁਹਾਡੇ ਆਦਰਸ਼ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਅਨੇਕਾਂ ਐਸੇ ਕੌਮ ਦੇ ਮਾਣ ਮੱਤੇ ਸ਼ਹੀਦ, ਇਹ ਸਾਡੇ ਵਾਰਸ ਨੇ, ਸਾਡੇ ਵੱਡੇ ਨੇ, ਸਾਡੇ ਵੱਡ ਵਡੇਰੇ ਨੇ, ਸਾਡੇ ਬਜ਼ੁਰਗ ਨੇ, ਅਸੀਂ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵਾਂ, ਅਸੀਂ ਇਹਨਾਂ ਨੂੰ ਆਪਣਾ ਆਦਰਸ਼ ਬਣਾ ਕੇ ਚੱਲਣਾ, ਨਾ ਕਿ ਅੱਜ ਦੇ ਗਾਉਣ ਵਾਲਿਆਂ ਨੂੰ। ਇਸ ਕਰਕੇ ਦਰਸ਼ਕੋ ਤੁਹਾਨੂੰ ਬੜਾ ਧਿਆਨ ਦੇਣਾ ਪੈਣਾ, ਠੀਕ ਹੈ ਸਾਡੇ ਬੱਚਿਆਂ ਨੇ ਕੋਈ ਪਿਕਚਰ ਦੇਖੀ ਹੈ, ਕਿਸੇ ਦਾ ਕੋਈ ਸਟਾਈਲ ਸੀ, ਉਹ ਕਾਪੀ ਕਰ ਲਿਆ, ਹੱਥ ਜੋੜ ਕੇ ਬੇਨਤੀ ਹੈ ਦਸਤਾਰ ਦਾ ਸਟਾਈਲ ਹੀ ਕਾਪੀ ਕਰਿਆ ਜੀ, ਇਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਆਪਣੇ ਵੱਲ ਲੈ ਕੇ ਨਾ ਆਉਣਾ, ਉਸ ਦਸਤਾਰ ਵੱਲ ਆਪਣਾ ਧਿਆਨ ਤੁਸੀਂ ਲੈ ਜਾਓ, ਅਤੇ ਮੈਨੂੰ ਕੋਈ ਦਿੱਕਤ ਨਹੀਂ ਹੋਵੇਗੀ। ਜੇ ਕੋਈ ਗੀਤ ਵੀ ਗਾ ਰਿਹਾ, ਇੱਕ ਬੱਚੇ ਨੇ ਉਹ ਦਸਤਾਰ ਨਾਲ ਜੁੜੀ ਹੋਈ ਇੱਕ ਚੀਜ਼ ਚੱਕ ਲਈ ਹੈ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਉਹਦੇ ਫਿਲਟਰ ਆਪਣੇ ਹੈ, ਉਹਨੇ ਮਾੜੀ ਚੀਜ਼ ਬਾਹਰ ਛੱਡ ਕੇ ਚੰਗੀ ਚੀਜ਼ ਲੈ ਲਈ ਹੈ, ਪਰ ਜੇ ਉਹਨੇ ਸਿਰਫ ਉਸ ਨੂੰ ਹੀ ਆਪਣਾ ਆਦਰਸ਼ ਬਣਾ ਲਿਆ, ਅਤੇ ਜੇ ਅਗਲੇ ਸੌਂਗ ਦੇ ਵਿੱਚ ਉਹ ਟੋਪੀ ਪਾ ਕੇ ਆਵੇਗਾ, ਤਾਂ ਕੀ ਸਾਡਾ ਬੱਚਾ ਵੀ ਦਸਤਾਰ ਉਤਾਰ ਕੇ ਟੋਪੀ ਲਵੇਗਾ? ਨਹੀਂ। ਆਦਰਸ਼ ਅਸੀਂ ਇਹਨਾਂ ਗੀਤਾਂ ਗਾਉਣ ਵਾਲਿਆਂ ਨੂੰ, ਲਿਖਣ ਵਾਲਿਆਂ ਨੂੰ ਨਹੀਂ ਮੰਨਣਾ, ਆਦਰਸ਼ ਸਾਡੇ ਕੌਮ ਦੇ ਮਾਣ ਮੱਤੇ ਸ਼ਹੀਦ ਨੇ, ਜਿਹਨਾਂ ਨੂੰ ਅਸੀਂ ਚੇਤੇ ਕਰਦੇ ਹਾਂ। ਵੀਰ ਜੀ, ਤੁਸੀਂ ਸਾਡੇ ਨਾਲ ਕਾਫੀ ਗੱਲਾਂ ਦੀ ਸਾਂਝ ਪਾਈ ਹੈ, ਇਹ ਤੁਸੀਂ ਬੱਚਿਆਂ ਨੂੰ ਵੀ ਦੱਸਦੇ ਹੋਵੋਗੇ? ਹਾਂਜੀ, ਬੱਚਿਆਂ ਨੂੰ ਸਮਝਾਉਂਦੇ ਵੀ ਹੋਵੋਗੇ। ਆਪਾਂ ਗੱਲ ਕੀਤੀ ਸੀ ਕੈਂਪ ਦੀ, ਪੰਜਾਬ ਦੇ ਵਿੱਚ ਕੈਂਪ ਜ਼ਿਆਦਾ ਲੱਗਦੇ ਨੇ ਜਾਂ ਆਊਟ ਆਫ ਪੰਜਾਬ ਕੈਂਪ ਜ਼ਿਆਦਾ ਲੱਗਦੇ ਨੇ, ਜਿਵੇਂ ਪੰਜਾਬ ਤੋਂ ਬਾਹਰ ਹੋ ਗਿਆ, ਹੈ ਨਾ, ਜਿਵੇਂ ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਜਾਂ ਇੱਥੇ ਆਪਾਂ ਹਿਮਾਚਲ ਹੋ ਗਿਆ, ਜੰਮੂ ਹੋ ਗਿਆ, ਪੰਜਾਬ ਦੇ ਵਿੱਚ ਤੁਹਾਡੇ ਕੈਂਪ ਜ਼ਿਆਦਾ ਹੁੰਦੇ ਨੇ ਜਾਂ ਇਹ ਉਤਸ਼ਾਹ ਤੁਹਾਨੂੰ ਬਾਹਰ ਵੀ ਵੇਖਣ ਨੂੰ ਮਿਲਦਾ? ਹਾਂਜੀ ਵੀਰ ਜੀ, ਮੈਂ ਪੰਜਾਬ ਦੇ ਵਿੱਚ ਤਾਂ ਕੈਂਪ ਲਾਉਂਦਾ ਹੀ ਲਾਉਂਦਾ, ਜਿਵੇਂ ਤੁਸੀਂ ਪੁੱਛਿਆ ਵੀ ਜ਼ਿਆਦਾ ਗਿਣਤੀ, ਜ਼ਿਆਦਾ ਗਿਣਤੀ ਤਾਂ ਤਕਰੀਬਨ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਤੋਂ ਬਾਹਰ ਗਿਣਤੀ ਜੋ ਆਪਣੀ ਸਿੱਖ ਕਮਿਊਨਿਟੀ ਹੈਗੀ ਆ, ਉਹਨਾਂ ਦੀ ਘੱਟ ਹੈ ਜੀ। ਪੰਜਾਬ ਤੋਂ ਬਾਹਰ ਵੀ ਮੈਂ ਕੈਂਪ ਲਾਇਆ, ਪਰ ਪੰਜਾਬ ਤੋਂ ਬਾਹਰ ਘੱਟ ਗਿਣਤੀ ਦੇ ਵਿੱਚ ਨੇ, ਅਤੇ ਪੰਜਾਬ ਦੇ ਵਿੱਚ ਜ਼ਿਆਦਾ ਲੱਗੇ ਨੇ। ਜੇ ਪੰਜਾਬ ਦੀ ਵੀ ਗੱਲ ਕਰਾਂ, ਪੰਜਾਬ ਦੇ ਸਭ ਤੋਂ ਵੱਧ ਕਿਸ ਜ਼ਿਲ੍ਹੇ ਦੇ ਵਿੱਚ ਕੈਂਪ ਲੱਗਦੇ ਨੇ, ਜਾਂ ਯੂਥ ਦਾ ਕਿੱਥੇ ਜਾਗਰਤੀ ਹੈ, ਕਿੱਥੇ ਯੂਥ ਜ਼ਿਆਦਾ ਕਹਿੰਦੇ ਵੀ ਸਾਡੇ ਕੈਂਪ ਲਗਾਓ? ਇਹਦੇ ਵਿੱਚ ਮੁੱਖ ਸਾਹਿਬ ਮੈਂ ਦੱਸਣਾ ਚਾਹੁੰਦਾ, ਤਕਰੀਬਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਡਿਮਾਂਡ ਜ਼ਿਆਦਾ, ਹੁਣ ਥੋੜ੍ਹੇ ਪਿਛਲੇ ਥੋੜ੍ਹੇ ਜਿਹੇ ਸਾਲਾਂ ਤੋਂ ਵਧੀ ਹੈ, ਜਾਗਰਤੀ ਆਈ। ਹਾਂਜੀ, ਜਾਗਰਤੀ ਆਈ ਹੈ ਜੀ। ਇਹਦੇ ਵਿੱਚ ਕਾਫੀ ਸੰਸਥਾਵਾਂ ਹੈਗੀਆਂ ਨੇ ਜੋ ਕਿ ਬਹੁਤ ਵੱਡੇ ਪੱਧਰ 'ਤੇ ਬਹੁਤ ਵਧੀਆ ਢੰਗ ਨਾਲ ਦਸਤਾਰ ਦਾ ਪਸਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ, ਅਤੇ ਉਹ ਬਹੁਤ ਵੱਡੇ ਵੱਡੇ ਇਨਾਮ ਵੀ ਦੇ ਰਹੀਆਂ ਨੇ, ਮੁਕਾਬਲੇ ਵੀ ਕਰਵਾ ਰਹੇ ਨੇ, ਲੱਖ ਲੱਖ ਰੁਪਇਆ ਦੇਖੋ ਜੀ ਅੱਜ ਕੱਲ੍ਹ ਫਸਟ ਪ੍ਰਾਈਜ਼ ਆਉਣ ਦਾ ਹੋ ਗਿਆ, ਜਿਵੇਂ ਕਿ ਕਬੱਡੀ ਕੱਪ ਦੇ ਅਸੀਂ ਕਹਿਣ ਦਾ ਮਤਲਬ ਬਹੁਤ ਪੈਸਾ ਇਕੱਠਾ ਕਰਕੇ ਇਧਰਲੇ ਪਾਸੇ ਨੂੰ ਲਾ ਰਹੇ ਨੇ ਉਤਸ਼ਾਹ ਵਧਾਉਣ ਦੇ।
ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਵਸ ਮਨਾਏ ਗਏ ਨੇ, ਉੱਥੇ ਵੀ ਦਸਤਾਰਾਂ ਦੇ ਲੰਗਰ ਲਗਾਏ ਗਏ ਨੇ। ਇਹ ਦਸਤਾਰਾਂ ਦੇ ਲੰਗਰ ਮੈਂ ਇਸ ਲਈ ਕਹਿ ਰਿਹਾ ਖਾਣ ਵਾਲੇ ਨਹੀਂ, ਉੱਥੇ ਸਿਖਾਏ ਵੀ ਗਏ ਨੇ, ਦਸਤਾਰਾਂ ਸਿਖਾਈਆਂ ਵੀ ਗਈਆਂ ਨੇ ਔਰ ਫ੍ਰੀ ਦੇ ਵਿੱਚ ਵੰਡੀਆਂ ਵੀ ਗਈਆਂ ਨੇ। ਓਕੇ, ਦਸ ਦੀ ਦਸਤਾਰਾਂ ਵਰਤਾਈਆਂ ਵੀ ਗਈਆਂ ਨੇ, ਹਾਂਜੀ ਦਸਤਾਰਾਂ ਸਿਖਾਈਆਂ ਵੀ ਗਈਆਂ ਵੀ ਗਈਆਂ ਨੇ। ਪਰ ਕਿੰਨਾ ਚੰਗਾ ਹੋਵੇ ਜੇ ਸਾਡੀ ਬੇਨਤੀ ਮੰਨ ਕੇ ਇੱਕ ਚੀਜ਼ ਹੋਰ ਐਡ ਕਰ ਦਿਓ, ਜੇ ਦਸਤਾਰ ਹੈ ਉੱਥੇ ਦਸਤਾਰ ਦੇ ਦਸਤੂਰ ਵੀ ਦੱਸਣੇ ਸ਼ੁਰੂ ਕਰ ਦਿਓ। ਬਿਲਕੁਲ ਜੀ, ਹੈ ਨਾ, ਇਹ ਦੱਸਿਆ ਕਿਉਂਕਿ ਦਰਸ਼ਕੋ ਇੱਕ ਗੱਲ ਮੈਨੂੰ ਬੜੀ ਕਹਿਣੀ ਬਣਦੀ ਹੈ ਔਰ ਮੈਂ ਇਹਨਾਂ ਵੀਰਾਂ ਨੂੰ ਕਹਿ ਵੀ ਦਿੰਦਾ ਹੁੰਦਾ ਵਾਂ, ਭਾਵੇਂ ਕਈ ਵਾਰੀ ਸਾਡੇ ਸਰੋਤੇ ਕਹਿ ਦਿੰਦੇ ਨੇ ਕਿ ਇਹ ਗੱਲ ਮਖੂ ਜੀ ਨੂੰ ਗੈਸਟ ਵਾਸਤੇ ਨਹੀਂ ਸੀ ਕਹਿਣੀ ਚਾਹੀਦੀ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਕੁਝ ਗੱਲਾਂ ਤੁਹਾਨੂੰ ਲੱਗਦੀਆਂ ਨੇ ਵੀ ਨਹੀਂ ਕਹਿਣੀਆਂ ਚਾਹੀਦੀਆਂ, ਪਰ ਮੈਨੂੰ ਕੁਝ ਗੱਲਾਂ ਐਸੀਆਂ ਲੱਗਦੀਆਂ ਨੇ ਜਿਹੜੀਆਂ ਕਹਿਣੀਆਂ ਚਾਹੀਦੀਆਂ। ਜਿਵੇਂ ਕੋਈ ਵੀਰ ਕਹਿੰਦਾ ਦਸਤਾਰ ਬੰਨਦੇ ਆ ਬਣਾਉਂਦੇ ਆ, ਮੈਂ ਕਹਿੰਦਾ ਵੀ ਤੁਸੀਂ ਇਹ ਕਿਉਂ ਨਹੀਂ ਕਹਿ ਦਿੰਦੇ ਵੀ ਦਸਤਾਰ ਸਜਾਉਂਦੇ ਆ ਸਿਖਾਉਂਦੇ ਆ, ਵੀ ਦਸਤਾਰ ਸਜਾਈ ਜਾਂਦੀ ਹੈ, ਦਸਤਾਰ ਬੰਨੀ ਨਹੀਂ ਜਾਂਦੀ। ਅਤੇ ਸਾਡੇ ਕਈ ਵਾਰੀ ਵੀਰ ਕਾਲ ਕਰਕੇ ਇਹ ਗੱਲ ਕਹਿੰਦੇ ਨੇ ਕਿ ਗੈਸਟ ਦੇ ਉੱਪਰ ਇਸ ਤਰ੍ਹਾਂ ਦਾ ਸਵਾਲ ਨਹੀਂ ਸੀ ਕਰਨਾ ਚਾਹੀਦਾ। ਪਰ ਦਰਸ਼ਕੋ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਫਰੈਂਡਲੀ ਮੈਚ ਨਹੀਂ ਲਗਾਇਆ ਜਾ ਸਕਦਾ। ਜਿਹੜੀ ਗੱਲ ਪੁੱਛਣ ਵਾਲੀ ਹੁੰਦੀ ਉਹ ਅਸੀਂ ਤਾਂ ਪੁੱਛਾਂਗੇ, ਸਾਡੇ ਦਰਸ਼ਕਾਂ ਨੂੰ ਵੀ ਗਿਆਨ ਮਿਲੇ। ਅਸੀਂ ਕੋਈ ਫਰੈਂਡਲੀ ਮੈਚ ਨਹੀਂ ਇਸ ਤਰੀਕੇ ਦਾ ਕਰਨਾ ਵੀ ਬਿਲਕੁਲ ਉਹੀ ਉਹੀ ਸਵਾਲ ਕੀਤੇ ਜਾਣ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ। ਨਹੀਂ, ਐਸਾ ਨਹੀਂ ਹੁੰਦਾ। ਕਈ ਵਾਰੀ ਅਸੀਂ ਉਹ ਸਵਾਲ ਕਰਨੇ ਜੋ ਸਾਡੇ ਮਨ ਦੇ ਵਿੱਚ ਚੱਲਦੇ ਨੇ, ਜਿਹਨਾਂ ਦਾ ਜਵਾਬ ਅਸੀਂ ਲੈਣਾ ਚਾਹੁੰਦੇ ਹਾਂ। ਦਸਤਾਰ ਨਾਲ ਜੁੜੇ ਹੋਏ ਨੇ, ਦਸਤਾਰ ਦੇ ਸਵਾਲ ਕਰਾਂਗਾ। ਜੇ ਕੋਈ ਪੋਲੀਟੀਕਲ ਹੈ ਮੈਂ ਉਸ ਤਰੀਕੇ ਦੇ ਸਵਾਲ ਕਰਾਂਗਾ, ਜੇ ਕੋਈ ਕਿਸੇ ਕਾਰੋਬਾਰ ਨਾਲ ਕਿਸਾਨ ਹੈ ਉਹਦੇ ਨਾਲ ਔਰਗੈਨਿਕ ਚੀਜ਼ਾਂ ਦੇ ਉੱਪਰ ਸਵਾਲ ਕਰਾਂਗਾ, ਮੈਂ ਸਵਾਲ ਉਹਦੀ ਪਰਸਨੈਲਿਟੀ ਵਿੱਚੋਂ ਲਵਾਂਗਾ। ਪਰ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਸਵਾਲ ਦਰਸ਼ਕ ਦੀ ਮਨੋਦਸ਼ਾ ਬਹੁਤਾਤ। ਮੈਂ ਕੋਸ਼ਿਸ਼ ਕਰਦਾ ਮੈਂ ਕਿ ਸਵਾਲ ਤੁਹਾਡੇ ਕੋਲ ਪੁੱਛਾਂ ਮੈਂ ਤਾਂ ਕਿ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਜਾਣ। ਪਰ ਕੁਝ ਸਵਾਲ ਸਾਡੇ ਅੰਦਰ ਵੀ ਪਨਪਦੇ ਹੁੰਦੇ ਨੇ, ਸਮਾਜ ਵਿੱਚ ਵਿਚਰਦਿਆਂ ਸਾਡੇ ਕੋਲ ਵੀ ਆਏ ਹੁੰਦੇ ਨੇ, ਉਹ ਜਵਾਬ ਲੈਣੇ ਬੜੇ ਜ਼ਰੂਰੀ ਨੇ। ਦਸਤਾਰ ਸਜਾਉਣੀ ਬਹੁਤ ਚੰਗੀ ਗੱਲ ਹੈ, ਪਰ ਜੇ ਦਸਤਾਰ ਦਾ ਦਸਤੂਰ ਦੱਸਿਆ ਜਾਵੇ ਤਾਂ ਸੋਨੇ 'ਤੇ ਸੁਹਾਗਾ ਵੀ ਹੋ ਜਾਂਦਾ ਹੈ। ਵੀਰ ਜੀ, ਦਸਤਾਰ ਅਤੇ ਦਸਤੂਰ ਵੇਲੇ ਫਿਰ ਕੀ ਦੱਸ ਦਿਓ ਵੀ ਬੱਚਿਓ ਦਸਤਾਰ ਨਹੀਂ ਉਤਾਰਨੀ, ਦਸਤਾਰ ਦੀ ਇੱਜ਼ਤ ਕਰਨੀ, ਇਹ ਸਾਰੀਆਂ ਚੀਜ਼ਾਂ ਸਮਝਾਉਂਦੇ ਹੋ ਫਿਰ? ਹਾਂਜੀ ਵੀਰ ਜੀ, ਇਹ ਬਿਲਕੁਲ ਜੀ, ਜੇ ਬੱਚੇ ਨੂੰ ਦਸਤਾਰ ਦੀ ਮਹੱਤਤਾ ਬਾਰੇ ਪਤਾ ਹੋਊਗਾ ਤਾਂ ਹੀ ਦਸਤਾਰ ਨਾਲ ਜੁੜਨਗੇ ਜੀ। ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ 'ਤੇ ਜਾ ਕੇ ਦੱਸਿਆ ਜਾਂਦਾ ਦਸਤਾਰ ਬਾਰੇ, ਦਸਤਾਰ ਅਸੀਂ ਕਿਉਂ ਸਜਾਉਂਦੇ ਹਾਂ, ਕਿੱਥੋਂ ਸਾਨੂੰ ਪ੍ਰਾਪਤ ਹੋਈ ਹੈ, ਕਿੰਨੀਆਂ ਕੁਰਬਾਨੀਆਂ ਕਰਕੇ ਪ੍ਰਾਪਤ ਹੋਈ ਹੈ, ਸਾਰਾ ਕੁਝ ਬੱਚਿਆਂ ਨੂੰ ਪਹਿਲਾਂ ਦੱਸਣਾ ਜ਼ਰੂਰੀ ਹੁੰਦਾ। ਬੱਚੇ ਨੂੰ ਕਿਸੇ ਵੀ ਚੀਜ਼ ਬਾਰੇ ਜੇ ਆਪਾਂ ਦੱਸਾਂਗੇ ਤਾਂ ਬੱਚਾ ਉਹਦੇ ਬਾਰੇ ਉਤਸ਼ਾਹਿਤ ਵੀ ਹੋਊ ਵੀ ਸਾਨੂੰ ਇਹ ਬਹੁਤ ਔਖੀ ਮਿਲੀ ਆ, ਬਹੁਤ ਇਹਦੇ ਬਾਰੇ ਜੇ ਆਪਾਂ ਇਸ ਤਰ੍ਹਾਂ ਖੋਲ੍ਹ ਕੇ ਤਾਂ ਬਹੁਤ ਟਾਈਮ ਲੱਗਣਾ। ਅਸੀਂ ਬੱਚਿਆਂ ਨੂੰ ਬਹੁਤ ਵਧੀਆ ਢੰਗ ਤਰੀਕੇ ਨਾਲ ਪਹਿਲਾਂ ਤਿਆਰ ਕਰਦੇ ਹਾਂ, ਮਨ ਨੂੰ ਤਿਆਰ ਕਰਦੇ ਹਾਂ ਵੀ ਬੱਚਿਓ ਦਸਤਾਰ ਕਿਉਂ ਜ਼ਰੂਰੀ ਆ, ਕਿੱਥੋਂ ਮਿਲੀ ਆ, ਕਿਵੇਂ ਮਿਲੀ, ਇਹਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਜੀ। ਬਿਲਕੁਲ ਵੀ ਜੀ, ਜੇ ਹੁਣ ਮੈਂ ਅੱਜ ਦੇ ਸਮੇਂ ਦੀ ਗੱਲ ਕਰਾਂ, ਜਿਹੜੇ ਸਾਡੇ ਬੱਚੇ ਨੇ ਜਿਵੇਂ ਤੁਹਾਡੇ ਕੋਲ ਸਿੱਖਣ ਆਉਂਦੇ ਨੇ ਕੈਂਪ ਦੇ ਵਿੱਚ ਜੀ, ਉਹ ਕਿਹੜੀ ਏਜ ਦੇ ਬੱਚੇ ਜ਼ਿਆਦਾਤਰ ਹੁੰਦੇ ਨੇ? ਏਜ ਵੀਰ ਜੀ, ਜੇ ਆਪਾਂ ਏਜ ਦੀ ਗੱਲ ਕਰੀਏ ਤਾਂ ਤਕਰੀਬਨ ਜ਼ਿਆਦਾ ਤਾਂ ਬੱਚੇ 10 ਸਾਲ ਤੋਂ ਲੈ ਕੇ 15 ਕੁ ਸਾਲ ਦੇ ਵਿੱਚ ਵਿੱਚ ਵਾਲੇ ਬੱਚੇ ਜ਼ਿਆਦਾ ਹੁੰਦੇ ਨੇ, ਉਸ ਤੋਂ ਥੱਲੜੇ ਵੀ ਨਹੀਂ ਅਤੇ 15 ਤੋਂ ਉੱਤੇ ਦੇ ਵੀ ਘੱਟ, ਹੈ ਨਾ? ਹਾਂਜੀ, ਉਹ ਘੱਟਦਾ ਅਤੇ ਇਹਨਾਂ ਦੇ ਵਾਧੇ ਦਾ ਕਾਰਨ ਕੀ ਹੈ? ਕਿਉਂਕਿ ਜੋ 10 ਤੋਂ ਛੋਟੀ ਉਮਰ ਹੈ ਉਹ ਉਮਰ ਦੇ ਵਿੱਚ ਦਸਤਾਰ ਸਿੱਖਣੀ ਬੱਚੇ ਲਈ ਥੋੜ੍ਹਾ ਜਿਹਾ ਇੱਦਾਂ ਹੁੰਦਾ ਜੀ, ਬੱਚੇ ਥੋੜ੍ਹੇ ਜਿਹੇ ਘੱਟ ਤਿਆਰ ਹੁੰਦੇ ਨੇ, ਬੱਚਿਆਂ ਨੂੰ ਘੱਟ ਜਾਣਕਾਰੀ ਹੁੰਦੀ ਹੈ ਸਿੱਖਣ ਵਾਸਤੇ, ਉਹਨਾਂ ਦਾ ਉਤਸ਼ਾਹ ਜਾਂ ਕੁਛ ਵੀ ਕਹਿ ਲਓ ਵੀ ਉਹਨਾਂ ਦੀ ਉਮਰ ਸਿੱਖਣ ਦੀ ਹਾਲੇ ਜ਼ਿਆਦਾ ਨਹੀਂ ਆਪਾਂ ਮੰਨ ਸਕਦੇ। ਜੋ 15 ਸਾਲ ਤੋਂ ਉੱਪਰ ਦੀ ਕਹਿੰਦੇ ਜੀ, ਉਹ ਤਾਂ ਆਉਂਦੇ ਨੇ ਘੱਟ ਆਉਂਦੇ ਨੇ ਕਿਉਂਕਿ ਉਸ ਟਾਈਮ ਦੇ ਤੱਕ ਉਹ ਬੱਚੇ ਸਿੱਖ ਹੀ ਚੁੱਕੇ ਹੁੰਦੇ ਨੇ ਤਕਰੀਬਨ। ਓਕੇ, ਜਿਹੜੇ ਬੱਚੇ ਕੇਸ ਕਟਾ ਚੁੱਕੇ ਹੁੰਦੇ ਨੇ, ਬਿਲਕੁਲ ਹੀ ਕੇਸ ਕਟਾ ਚੁੱਕੇ ਨੇ 15 ਸਾਲ ਤੋਂ ਬਾਅਦ, ਉਹ ਚਾਹੁੰਦੇ ਨੇ ਜੀ ਅਸੀਂ ਦਸਤਾਰ ਨਾਲ ਜੁੜੀਏ, ਉਹ ਬੱਚੇ ਘੱਟ ਗਿਣਤੀ 'ਚ ਹੁੰਦੇ ਨੇ ਜੀ। ਬਿਲਕੁਲ ਵੀ ਜੀ, ਤੁਹਾਡੀਆਂ ਗੱਲਾਂ ਤੋਂ ਅਸੀਂ ਅਤੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਕਾਫੀ ਲਾਹਾ ਲਿਆ। ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਕਾਲ ਚੈਨਲ ਦੀ ਸਮੁੱਚੀ ਟੀਮ ਵੱਲੋਂ, ਕਿਉਂਕਿ ਤੁਸੀਂ ਬੱਚਿਆਂ ਨੂੰ ਦਸਤਾਰ ਸਿਖਾ ਕੇ, ਦਸਤੂਰ ਸਿਖਾ ਕੇ, ਦਸਤਾਰ ਨਾਲ, ਵਿਰਸੇ ਨਾਲ, ਸੱਭਿਆਚਾਰ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਪੁਲ ਦਾ ਕੰਮ ਕਰਦੇ ਹੋ। ਉਸ ਦਰਸ਼ਕੋ, ਇਹ ਸਨ ਮੇਰੇ ਨਾਲ ਸਰਦਾਰ ਗੁਰਜੀਤ ਸਿੰਘ ਭਿੱਖੀ। ਜਦੋਂ ਇਹਨਾਂ ਦਾ ਨਾਮ ਲਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਦਸਤਾਰ ਨਾਲ ਜੁੜੇ ਹੋਏ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਵੀਰ ਦੀ ਦਸਤਾਰ, ਵੀਰ ਦਾ ਹੱਥ, ਵੀਰ ਦੀ ਤਸਵੀਰ ਗੂੰਜਣ ਲੱਗ ਪੈਂਦੀ ਹੈ। ਸੋ ਬੜੇ ਸੋਹਣੇ ਢੰਗ ਦੇ ਵਿੱਚ ਇਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ। ਸੋ ਅਗਲੇ ਹਫ਼ਤੇ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਸ ਵੀ ਅਕਾਲ।
अकाल चैनल नू सबस्क्राइब करो, नवी वीडियोस दी नोटिफिकेशन दे लई बैल आइकन नू क्लिक करना ना भूलना।